ਜਸ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਆਸ਼ਮਿਤਾ ਐਂਡ ਇਹ ਤੁਹਾਡਾ ਸ਼ੋਅ ਅੱਜ ਦਾ ਮੁੱਦਾ। ਥੈਂਕ ਯੂ ਫੋਰ ਟਿਊਨਿੰਗ ਇਨ। ਜਿਸ ਤਰ੍ਹਾਂ ਜਸ ਪੰਜਾਬੀ ਨੇ ਤੁਹਾਨੂੰ ਵਾਅਦਾ ਕੀਤਾ ਸੀ ਕਿ ਹਰ ਥਰਸਡੇ ਇਸ ਸ਼ੋਅ ਵਿੱਚ ਗੱਲ ਹੋਏਗੀ ਅਮੈਰੀਕਨ ਪੋਲੀਟਿਕਸ ਦੀ, ਅਤੇ ਜੋ ਇੱਥੇ ਦਾ ਸਿਸਟਮ ਹੈ ਉਸ ਸਿਸਟਮ ਵਿੱਚ ਸਾਡੀ ਕਮਿਊਨਿਟੀ ਨੂੰ ਕਿੱਦਾਂ ਸਟਰੈਂਥਨ ਹੋਣਾ ਹੈ ਉਸ ਚੀਜ਼ ਦੀ ਗੱਲ, ਤੁਹਾਡੀ ਅਵੇਅਰਨੈਸ ਦੇ ਨਾਲ, ਤੁਹਾਡੀ ਨੌਲੇਜ ਇਸ ਕੰਟਰੀ ਦੀ ਸਿਆਸੀ ਮਸਲਿਆਂ ਦੇ ਨਾਲ ਸਾਡੀ ਸਾਰੀ ਕਮਿਊਨਿਟੀ ਨੂੰ ਇੰਪਾਵਰ ਕਰੇਗੀ ਅਤੇ ਸਾਡੀ ਪ੍ਰੋਗਰੈਸ ਵਿੱਚ ਕੰਟਰੀਬਿਊਟ ਕਰੇਗੀ। ਇਸ ਕਰਕੇ ਟੋਪਿਕ ਅੱਜ ਸਭ ਤੋਂ ਹੌਟ ਟੋਪਿਕ ਹੈਗਾ ਇੰਪੀਚਮੈਂਟ ਦਾ। ਐਂਡ ਇਸ ਗੱਲ ਨੂੰ ਮੇਰੇ ਨਾਲ ਸ਼ੇਅਰ ਕਰਕੇ ਡਿਸਕਸ ਕਰਨ ਲਈ ਮੇਰੇ ਨਾਲ ਜੁਆਇਨ ਕਰ ਰਿਹਾ ਮਿਸਟਰ ਹਰਜੋਤ ਸਿੰਘ। Hajoti, thank you so much for joining us on the show again. Thank you, Ashmita. Like we did this once before, again we're going to continue the tradition. And jo sanu feedback milya tada, which we welcome always, tusi hamesha sanu email ya call karke dass sakde ho tonu kis cheez di jankari chahidi hai ya ki topics vich gal karni tonu pasand hai, tusi hamesha sanu dass sakde ho. But recently sanu feedback eh milya ki impeachment di enough gal nahi ho rahi ਆਪਣੇ ਮੀਡੀਆ ਪਲੈਟਫਾਰਮਸ ਦੇ। ਇਸ ਕਰਕੇ ਹਰਜੋਤ ਐਂਡ ਆਈ ਟੁਡੇ ਵੀਰ ਗੋਇੰਗ ਟੂ ਟਾਕ ਅਬਾਊਟ ਦ ਲੇਟੈਸਟ ਅਪਡੇਟਸ ਔਨ ਇੰਪੀਚਮੈਂਟ। ਐਂਡ ਜੋ ਇਹ ਪੂਰਾ 2020 ਦਾ ਇਲੈਕਸ਼ਨ ਈਅਰ ਹੈ, ਇਟਸ ਅ ਫੈਡਰਲ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਈਅਰ ਇਨ ਦਿਸ ਕੰਟਰੀ, ਉਸ ਇਲੈਕਸ਼ਨ ਸਾਲ ਵਿੱਚ ਕੀ ਚੀਜ਼ਾਂ ਹੁਣ ਹੋ ਰਹੀਆਂ, ਫੋਰ ਐਗਜ਼ਾਮਪਲ ਦੀ ਕੌਕਸਿਸ ਦੈਟ ਆਰ ਕਮਿੰਗ ਅਪ। ਬਟ ਬਿਫੋਰ ਵੀ ਗੈਟ ਟੂ ਦੈਟ, ਹਰਜੋਤ, ਦੀ ਇੰਪੀਚਮੈਂਟ ਜ਼ੋਰ ਸ਼ੋਰ ਨਾਲ ਲੱਗੀ ਹੋਈ ਹੈ। ਇਟਸ ਬਿਨ ਯੂ ਨੋ 6 ਡੇਜ਼ ਨਾਓ ਦੈਟ ਬੋਥ ਸਾਈਡਸ, ਟਰੰਪ ਦੀ ਸਾਈਡ ਅਤੇ ਜੋ ਉਹਨੂੰ ਪ੍ਰੋਸੀਕਿਊਟ ਕਰ ਰਹੇ ਹੈ ਹੂ ਆਰ ਦੀ ਡੈਮੋਕਰੈਟਸ, ਉਹਨਾਂ ਦੇ ਆਰਗੂਮੈਂਟਸ ਲੱਗੇ ਹੋਏ ਹੈ। ਸੁਪਰੀਮ ਕੋਰਟ ਦਾ ਚੀਫ ਜਸਟਿਸ ਪੂਰੀ ਚੀਜ਼ ਨੂੰ ਪ੍ਰੋਸਾਈਡ ਕਰ ਰਿਹਾ। ਯੂ ਨੋ, ਇਫ ਯੂ ਹੈਡ ਟੂ ਸਮ ਇਟ ਅਪ ਫੋਰ ਆਰ ਵਿਊਅਰਸ, ਵਟ ਵੁੱਡ ਬੀ ਵਨ ਸੈਂਟੈਂਸ ਆਫਟਰ ਟੁਡੇਜ਼ ਐਕਸ਼ਨ ਦੈਟ ਯੂ ਵੁੱਡ ਸੇ ਔਨ ਇੰਪੀਚਮੈਂਟ? You know, it's getting close. ਇੱਕ ਸੈਂਟੈਂਸ ਵਿੱਚ ਦੱਸਣਾ ਥੋੜ੍ਹਾ ਔਖਾ ਹੋ ਜਾਏਗਾ। ਸੋ ਲਾਸਟ ਟਾਈਮ ਜਦ ਅਸੀਂ ਆਪਣੇ ਵਿਊਅਰਸ ਨਾਲ ਗੱਲ ਕੀਤੀ ਸੀ ਤਦ ਇਹ ਪ੍ਰੋਸੈਸ ਹਾਊਸ ਵਿੱਚ ਸੀਗਾ। ਹੁਣ ਹਾਊਸ ਨੇ ਇੰਪੀਚਮੈਂਟ ਦਾ ਮੋਸ਼ਨ ਪਾਸ ਕਰ ਦਿੱਤਾ, ਜਿਸਦਾ ਇਹ ਮਤਲਬ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਆਫਿਸ਼ੀਅਲੀ ਇੰਪੀਚ ਕਰ ਦਿੱਤਾ ਗਿਆ। ਇੰਪੀਚਮੈਂਟ ਅਸੀਂ ਦੱਸਿਆ ਸੀ 2 ਪਾਰਟ ਪ੍ਰੋਸੈਸ ਹੈਗਾ। ਹੁਣ ਜਿਹੜਾ ਇਸ਼ੂ ਹੈ ਉਹ ਸੈਨੇਟ ਦੇ ਅੱਗੇ ਹੈ, ਜਿਸਦੇ ਵਿੱਚ ਅਗਰ ਉਹ ਇੱਕ ਟ੍ਰਾਇਲ ਉਹਨਾਂ ਦਾ ਕੀਤਾ ਜਾਂਦਾ ਹੈ ਔਰ ਅਗਰ ਉਸ ਟ੍ਰਾਇਲ ਵਿੱਚ ਉਹਨਾਂ ਨੂੰ ਗਿਲਟੀ ਪਾਇਆ ਜਾਂਦਾ ਹੈ ਔਰ ਵੋਟਸ ਕੀਤੀ ਜਾਂਦੀ ਹਨ ਔਰ ਸੁਪਰ ਮੈਜੋਰਿਟੀ 67 ਦਾ ਨੰਬਰ ਅਗਰ ਰੀਚ ਕੀਤਾ ਜਾਂਦਾ ਹੈ ਤੇ ਫਿਰ ਪ੍ਰੈਜ਼ੀਡੈਂਟ ਟਰੰਪ ਨੂੰ ਉਹਨਾਂ ਦੀ ਪੋਜੀਸ਼ਨ ਤੋਂ ਰਿਮੂਵ ਕੀਤਾ ਜਾਏਗਾ। ਸੋ ਤੁਸੀਂ ਇੱਕ ਵਰਡ ਛੇੜਿਆ, ਮੈਂ ਉਸ ਵਰਡ ਨੂੰ ਲੈ ਕੇ ਥੋੜ੍ਹੀ ਜਿਹੀ ਇਸ ਚੀਜ਼ ਨੂੰ ਸਿੰਪਲੀਫਾਈ ਕਰਾਂਗੀ, ਰਾਈਟ? ਬਿਕੋਜ਼ ਤੁਸੀਂ ਬੜੀ ਵਧੀਆ ਐਕਸਪਲੇਨੇਸ਼ਨ ਦਿੱਤੀ, ਬਟ ਉਹਦੇ 'ਚ ਕਾਫੀ ਕੰਪਲੀਕੇਟਡ ਟਰਮਸ ਹੈਗੀਆਂ, ਰਾਈਟ? ਸੋ ਟ੍ਰਾਇਲ ਤੁਸੀਂ ਵਰਡ ਯੂਜ਼ ਕੀਤਾ, ਇਹ ਟ੍ਰਾਇਲ ਹੁਣ ਜਾਰੀ ਹੈਗੀ, ਇਟਸ ਗੋਇੰਗ ਆਨ ਐਜ਼ ਵੀ ਸਪੀਕ, ਅਤੇ ਪ੍ਰੈਜ਼ੀਡੈਂਟ ਟਰੰਪ ਇਜ਼ ਕਰੰਟਲੀ ਐਟ ਟ੍ਰਾਇਲ, ਰਾਈਟ? ਵਿਊਅਰਸ ਨੂੰ ਤਾਂ ਜਾਣਕਾਰੀ ਹੋਏਗੀ ਕਿ ਜਦੋਂ ਤੁਹਾਡੀ ਟ੍ਰਾਇਲ ਚੱਲਦੀ ਹੈ ਵਟ ਦੈਟ ਐਕਸਪੀਰੀਅੰਸ ਇਜ਼ ਲਾਈਕ, ਜਾਂ ਅਗਰ ਤੁਸੀਂ ਕਦੀ ਜੂਰੀ ਡਿਊਟੀ ਵਿੱਚ ਤੁਹਾਨੂੰ ਸਮਨ ਕੀਤਾ ਗਿਆ, ਤੁਸੀਂ ਜੂਰੀ ਡਿਊਟੀ ਵਿੱਚ ਜੁਰਰ ਦੇ ਤੌਰ 'ਤੇ ਪਾਰਟੀਸਪੇਟ ਕੀਤੇ ਹੋ, ਦੈਨ ਤੁਹਾਨੂੰ ਪਤਾ ਕਿ ਟ੍ਰਾਇਲ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਸ ਤਰ੍ਹਾਂ ਲੱਗਦੀ ਹੈ, ਰਾਈਟ? ਭਾਵੇਂ ਤੁਸੀਂ ਡਿਫੈਂਡੈਂਟ ਸਾਈਡ 'ਤੇ ਹੋ ਜਾਂ ਪ੍ਰੋਸੀਕਿਊਸ਼ਨ ਸਾਈਡ 'ਤੇ ਹੋ ਜਾਂ ਜੁਰਰ ਸਾਈਡ 'ਤੇ ਹੋ, ਅਗਰ ਉਸ ਟ੍ਰਾਇਲ ਦਾ ਮਾਡਲ ਲੈ ਕੇ ਆਪਾਂ ਇੰਪੀਚਮੈਂਟ ਦੀ ਗੱਲ ਕਰਨੀ ਹੈ, ਦੈਨ ਜੋ ਪ੍ਰੋਸੀਕਿਊਟਿੰਗ ਸਾਈਡ ਹੈ ਉਹ ਹੋ ਗਏ ਡੈਮੋਕਰੈਟਸ। ਉਹਨਾਂ ਨੇ ਇਲਜ਼ਾਮ ਲਗਾਇਆ ਪ੍ਰੈਜ਼ੀਡੈਂਟ 'ਤੇ ਦੈਟ ਇਸ ਪ੍ਰੈਜ਼ੀਡੈਂਟ ਨੇ ਆਪਣੀ ਪਾਵਰ ਨੂੰ ਅਬਿਊਜ਼ ਕੀਤਾ, ਐਂਡ ਉਹਨੇ ਇਸ ਚੀਜ਼ ਲਈ ਅਬਿਊਜ਼ ਕੀਤਾ ਜੋ ਉਹਨੂੰ ਪਰਸਨਲੀ ਬੈਨੀਫਿਟ karugi, right? Jee, that is soliciting help from a foreign government so he can win the election. Jee. Do specific charges hage jis de upar impeachment ho rahi hai. Ek charge hai ga abuse of power da, ki unhone apni power use kiti Ukraine nu ek aid jehdi approve kiti si Congress ne, $391 million di, oh unhone hold kiti, unhone kiya ki tad tak apa release nahi karange jab tak Ukraine da president bahar aake eh announce na kare ki oh ek ਕ੍ਰਿਮੀਨਲ ਇਨਵੈਸਟੀਗੇਸ਼ਨ ਕਰ ਰਿਹਾ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਬਾਈਡਨ ਦੇ ਬੇਟੇ ਦੇ ਖਿਲਾਫ਼। ਜਿਹੜੀ ਦੂਸਰਾ ਚਾਰਜ ਹੈਗਾ ਉਹ ਆ ਹੈਗਾ ਕਿ ਓਬਸਟ੍ਰਕਸ਼ਨ ਆਫ ਕਾਂਗਰਸ ਦਾ। ਦੇਖੋ, US ਦੇ ਕੋਨਸਟੀਟਿਊਸ਼ਨ ਵਿੱਚ ਬੈਲੈਂਸ ਆਫ ਪਾਵਰ ਹੈਗੀ ਹੈ, ਰਾਈਟ? ਇੱਕ ਪਾਰਟ ਆਫ ਗਵਰਨਮੈਂਟ ਇਜ਼ ਦ ਐਗਜ਼ੀਕਿਊਟਿਵ ਵਿਚ ਇਜ਼ ਅ ਪ੍ਰੈਜ਼ੀਡੈਂਟ, ਰਾਈਟ? ਇੱਕ ਪਾਰਟ ਹੈਗਾ ਜਿਹੜਾ ਕਾਂਗਰਸ ਹੈਗਾ, ਰਾਈਟ?
ਜਿਹੜਾ ਐਗਜ਼ੀਕਿਊਟਿਵ ਹੈ ਉਸ ਨੂੰ ਬੜੀ ਫਰੀਡਮ ਹੈ ਪਰਟੀਕੂਲਰਲੀ ਇਨ ਦ ਫੀਲਡਸ ਆਫ ਫੋਰਨ ਪਾਲਿਸੀ ਰਾਈਟ ਬਟ ਜਿਹੜੀ ਕਾਂਗਰਸ ਹੈ ਦੇ ਹੈਵ ਅ ਰੋਲ ਆਫ ਓਵਰਸਾਈਟ ਠੀਕ ਹੈ ਜੀ ਇਹ ਚਾਰਜ ਉਸਦੇ ਉੱਪਰ ਲੱਗ ਰਿਹਾ ਹੈ ਪ੍ਰੈਜੀਡੈਂਟ ਟਰੰਪ ਦੇ ਉੱਪਰ ਇਸ ਵੇਲੇ ਕਿ ਉਹ ਜਿਹੜਾ ਓਵਰਸਾਈਟ ਦਾ ਰੋਲ ਜਿਹੜਾ ਕਾਂਗਰਸ ਹੈ ਉਸਦੇ ਵਿੱਚ ਉਹਨਾਂ ਨੇ ਓਬਸਟ੍ਰਕਸ਼ਨ ਕੀਤੀ ਹੈ ਕਿਉਂਕਿ ਕਾਂਗਰਸ ਨੇ ਕੁਛ ਡਾਕੂਮੈਂਟਸ ਮੰਗਾਏ ਕੁਛ ਵਿਟਨੈਸਿਸ ਮੰਗਾਏ ਜਿਸ ਦੇ ਨਾਲ ਕੋਆਪਰੇਟ ਕਰਨ ਤੋਂ ਉਹਨਾਂ ਨੇ ਪ੍ਰੈਜੀਡੈਂਟ ਟਰੰਪ ਦੇ ਵਾਈਟ ਹਾਊਸ ਨੇ ਨਾ ਕਰ ਦਿੱਤੀ ਸੋ ਇਹ ਦੋ ਚਾਰਜਿਸ ਹਨ ਉਹਨਾਂ ਦੇ ਉੱਪਰ ਜਿਸ ਦੇ ਉੱਪਰ ਇਸ ਲਈ ਟ੍ਰਾਇਲ ਚੱਲਦਾ ਪਿਆ ਸੋ ਇਟਸ ਵੈਰੀ ਇੰਟਰਸਟਿੰਗ ਦੈਟ ਯੂ ਸੇ ਦੈਟ ਕਿ ਜੋ ਇੱਕ ਚਾਰਜ ਲੱਗਿਆ ਓਬਸਟ੍ਰਕਸ਼ਨ ਦਾ ਵਾਸ ਬਿਕੋਜ਼ ਟਰੰਪ ਵਾਈਟ ਹਾਊਸ ਨੇ ਜਦੋਂ ਇਹਨਾਂ ਨੂੰ ਸਮਨ ਕੀਤਾ ਗਿਆ ਉਨ ਡਾਕੂਮੈਂਟਸ ਐਂਡ ਉਨ ਵਿਟਨੈਸਿਸ ਦੇ ਨਾਲ ਗੱਲ ਕਰਨ ਲਈ ਉਹਨਾਂ ਨੇ ਰਿਫਿਊਜ਼ ਕੀਤਾ ਰਾਈਟ ਕਾਂਗਰਸ ਵਿੱਚ ਦੋ ਹਿੱਸੇ ਹੈਗੇ ਦਾ ਹਾਊਸ ਆਫ ਰੈਪ੍ਰਜੈਂਟੇਟਿਵਸ ਐਂਡ ਦ ਸੈਨੇਟ ਹਾਊਸ ਆਫ ਰੈਪ੍ਰਜੈਂਟੇਟਿਵਸ ਜੋ ਡੈਮੋਕ੍ਰੈਟਿਕਲੀ ਕੰਟਰੋਲਡ ਹੈਗਾ ਉਹਨਾਂ ਨੇ ਇਹ ਇੰਪੀਚਮੈਂਟ ਥਰੂ ਪਾਸ ਕਰਤੀ ਹੁਣ ਸੈਨੇਟ ਵਿੱਚ ਆ ਕੇ ਇਹ ਰੁਕੀ ਹੋਈ ਹੈ ਬਿਕੋਜ਼ ਸੈਨੇਟ ਰਿਪਬਲਿਕਨ ਕੰਟਰੋਲਡ ਹੈ ਰਾਈਟ ਦਿਸ ਬ੍ਰਿੰਗਸ ਮੀ ਬੈਕ ਟੂ ਦ ਟ੍ਰਾਇਲ ਪੋਰਸ਼ਨ ਰਾਈਟ ਅਗਰ ਤੁਸੀਂ ਕਿਸੇ ਵੀ ਟ੍ਰਾਇਲ ਨੂੰ ਐਕਸਪੀਰੀਅੰਸ ਕੀਤਾ ਭਾਵੇਂ ਤੁਸੀਂ ਟੀ ਵੀ 'ਤੇ ਹੀ ਵੇਖਿਆ ਹੈ ਟੀ ਵੀ ਸ਼ੋਜ਼ ਵਿੱਚ ਮੂਵੀਜ਼ ਵਿੱਚ ਟ੍ਰਾਇਲ ਵਿੱਚ ਦੂਜੀ ਜੋ ਡਿਫੈਂਡਿੰਗ ਸਾਈਡ ਹੈ ਉਹਨਾਂ ਦੀ ਓਬਲੀਗੇਸ਼ਨ ਬਣਦੀ ਹੈ ਟੂ ਪ੍ਰੂਵ ਦਮਸੈਲਵਸ ਇਨੋਸੈਂਟ ਐਂਡ ਜੋ ਪ੍ਰੋਸੀਕਿਊਟਿੰਗ ਸਾਈਡ ਹੈ ਉਹਨਾਂ ਦੀ ਓਬਲੀਗੇਸ਼ਨ ਬਣਦੀ ਹੈ ਐਵੀਡੈਂਸ ਦੇ ਨਾਲ ਟੂ ਪ੍ਰੂਵ ਗਿਲਟ ਰਾਈਟ ਬਟ ਇਫ ਯੂ ਲੁੱਕ ਐਟ ਦੀ ਇੰਪੀਚਮੈਂਟ ਟ੍ਰਾਇਲ ਉਹਦੇ 'ਚ ਜੋ ਸੈਨੇਟਰਸ ਹੈਗੇ ਦੋਜ਼ ਸੈਨੇਟਰਸ ਆਰ ਦੀ ਐਕਟਿੰਗ ਜੂਰਰਸ ਉਹ ਜੂਰੀ ਹੈ ਇਸ ਟ੍ਰਾਇਲ ਵਿੱਚ ਰਾਈਟ ਉਸ ਜੂਰੀ ਵਿੱਚ ਅੱਧੇ ਸੈਨੇਟਰਸ ਨੇ ਜੋ ਰਿਪਬਲਿਕਨ ਸਾਈਡ ਦੇ ਹੈਗੇ ਉਹਨਾਂ ਨੇ ਪੂਰੀ ਕੋਸ਼ਿਸ਼ ਕਰਕੇ ਐਂਡ ਸਕਸੈਸਫੁਲੀ ਆਈ ਮਾਈ ਰੈਡ ਹਲੇ ਤੱਕ ਬਲੌਕ ਕੀਤਾ ਕਿ ਕੋਈ ਵਿਟਨੈਸਿਸ ਅਤੇ ਕੋਈ ਐਵੀਡੈਂਸ ਸਬਮਿਟ ਨਾ ਹੋਏ ਪ੍ਰੈਜ਼ੀਡੈਂਟ ਦੇ ਖਿਲਾਫ਼ ਦਿਸ ਕ੍ਰੀਏਟਸ ਸੱਚ ਅ ਕਾਨਫਲਿਕਟ ਆਫ ਇੰਟਰਸਟ ਜੋ ਜੂਰੀ ਉਹਨਾਂ ਨੂੰ ਇੰਪਾਰਸ਼ਲੀ ਇਸ ਟ੍ਰਾਇਲ ਨੂੰ ਓਵਰਸੀ ਕਰ ਰਹੀ ਹੈ ਉਹ ਓਪਨਲੀ ਕਹਿ ਰਹੀ ਹੈ ਕਿ ਆਪਾਂ ਇੰਪਾਰਸ਼ਲ ਨਹੀਂ ਹਾਂ ਸਾਨੂੰ ਇਸ ਸਾਈਡ ਦੇ ਨਾ ਵਿਟਨੈਸਿਸ ਨਾ ਐਵੀਡੈਂਸ ਦੀ ਲੋੜ ਹੈ ਜੀ ਜੀ ਇਹ ਕ੍ਰੈਡੀਬਿਲਿਟੀ ਉੱਪਰ ਸੈਨੇਟ ਦੀ ਇੱਕ ਬੜਾ ਵੱਡਾ ਕੁਐਸਚਨ ਇਸ ਵਾਰ ਰੇਜ਼ ਹੋਇਆ ਹੈ ਕਿਉਂਕਿ ਯੂ ਨੋ ਵੀ ਹਰਡ ਬਿਫੋਰ ਦ ਟ੍ਰਾਇਲ ਸਟਾਰਟਡ ਪੀਪਲ ਲਾਈਕ ਮੈਕੋਨਲ ਰਾਈਟ ਮਿਚ ਮੈਕੋਨਲ ਲਿੰਸੀ ਗ੍ਰਾਹਮ ਇਹਨਾਂ ਨੇ ਆਖਿਆ ਕਿ ਬਈ ਇਹ ਤਾਂ ਟ੍ਰਾਇਲ ਅਸੀਂ ਹੋਣ ਹੀ ਨਹੀਂ ਦੇਣਾ ਇਹ ਤਾਂ ਇਟਸ ਜਸਟ ਅ ਫੋਰਮੈਲਿਟੀ ਔਰ ਹੁੰਦਾ ਕੀ ਹੈ ਦ ਪ੍ਰੋਸੈਸ ਇਜ਼ ਦਿਸ ਇਸ ਵੇਲੇ ਐਜ਼ ਵੀ ਸਪੀਕ ਜਿਹੜੀ ਦੋਨੋਂ ਜਿਹੜੀ ਸੈਨੇਟ ਹੁੰਦੀ ਹੈ ਦੇ 100 ਮੈਂਬਰਸ ਰਾਈਟ two for each state yep yeah so they submit their questions right aur jehdi democratic side hai jehdi prosecuting side hai usnu represent karne waste house kuch managers bhej diye right they are called house managers jehda president hunda hai oh apni ek legal team jehdi hai oh utthe rakhda hai so the senate is asked questions do din da oh process hai ga jide jo jo bhi koi clarifications wagera mangan oh process is vele chal raha hai theek hai both sides there in ਕੱਲ੍ਹ ਦੀ ਜੋ ਸਟੇਜ ਹੈ ਉਸਦੇ ਵਿੱਚ ਆਰਗੂਮੈਂਟ ਹੋਏਗਾ ਇੱਕ ਮੋਸ਼ਨ ਫਾਈਲ ਹੋਏਗਾ ਵਿਟਨੈਸਿਸ ਲਿਆਉਣੇ ਚਾਹੀਦੇ ਕਿ ਨਹੀਂ ਵਿਚ ਇਜ਼ ਦ ਮੋਸਟ ਇੰਪੋਰਟੈਂਟ ਪਾਰਟ ਐਂਡ ਐਜ਼ ਯੂ ਸੈਡ ਕਿ ਇਹ ਥੋੜ੍ਹਾ ਜਿਹਾ ਯੂ ਨੋ ਜੈਨੂਇਨ ਜਿਹਾ ਨਹੀਂ ਲੱਗਦਾ ਕਿ ਟ੍ਰਾਇਲ ਹੋਏ ਔਰ ਉਸਦੇ ਕੋਈ ਵੀ ਵਿਟਨੈਸ ਐਟ ਦਿਸ ਲੈਵਲ ਬਟ ਆਪਾਂ ਇੱਕ ਗੱਲ ਬੜੀ ਇੰਟਰਸਟਿੰਗ ਹੈ ਐਂਡ ਅਪਡੇਟ ਵੀ ਬੜੀ ਇੰਪੋਰਟੈਂਟ ਹੈ ਸਾਰਿਆਂ ਲਈ ਬਿਕੋਜ਼ ਗੈਸ ਵਾਟ ਯੂ ਲਿਵ ਇਨ ਦਿਸ ਕੰਟਰੀ ਟੂ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਕੰਟਰੀ ਦੇ ਪ੍ਰੈਜ਼ੀਡੈਂਟ ਦੇ ਨਾਲ ਕੀ ਨਹੀਂ ਹੋ ਰਿਹਾ ਬਿਕੋਜ਼ ਉਹ ਤੁਹਾਡੇ ਵੀ ਪ੍ਰੈਜ਼ੀਡੈਂਟ ਹੈ ਬਟ ਤੁਸੀਂ ਜੁੜੇ ਰਹੋ ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਅਤੇ ਗੱਲ ਹੋ ਰਹੀ ਹੈ ਅਮੈਰੀਕਨ ਪੋਲੀਟਿਕਸ ਦੀ ਅਤੇ ਜੋ ਸਭ ਤੋਂ ਹੌਟ ਟੋਪਿਕ ਹੈ ਅੱਜ ਦੀ ਡੇਟ ਵਿੱਚ ਅਮੈਰੀਕਾ ਵਿੱਚ ਉਹ ਹੈ ਇੰਪੀਚਮੈਂਟ ਹਰਜੋਤ ਮੇਰੇ ਨਾਲ ਗੱਲ ਕਰ ਰਿਹਾ ਹੈ ਹਰਜੋਤ ਬ੍ਰੇਕ ਤੋਂ ਪਹਿਲੇ ਗੱਲ ਹੋ ਰਹੀ ਸੀ ਇਸ ਟ੍ਰਾਇਲ ਦੀ ਰਾਈਟ ਯੂ ਆਰ ਅ ਲੋਇਰ ਬਾਏ ਪ੍ਰੋਫੈਸ਼ਨ ਯੂ ਡੀਓ ਵਿਚ ਹਾਜ਼ ਆਲ ਦ ਟਾਈਮ ਸਾਡੀ ਆਡੀਅੰਸ ਵਿੱਚ ਕਿੰਨੇ ਹੀ ਆਂਟਰਪ੍ਰਨੋਰਸ ਐਵਰੇਜ ਅਮੈਰੀਕਨਸ ਹੈਗੇ ਜੋ ਅਨਫੋਰਚੁਨੇਟਲੀ ਲੀਗਲ ਸਿਸਟਮ ਨੂੰ ਐਕਸਪੀਰੀਅੰਸ ਕਰ ਚੁੱਕੇ ਹੈ ਭਾਵੇਂ ਉਹ ਟ੍ਰਾਇਲ ਦੇ ਨਾਲ ਹੋਏ ਲੋਸੂਟ ਦੇ ਨਾਲ ਹੋਏ ਇਟਸ ਇਨਐਵਰੇਬਲ ਇਨ ਦਿਸ ਕੰਟਰੀ ਰਾਈਟ ਹੁਣ ਟਰੰਪ ਸਾਡਾ ਪ੍ਰੈਜ਼ੀਡੈਂਟ ਉਹਨੂੰ ਵੀ ਟ੍ਰਾਇਲ 'ਤੇ ਪਾਇਆ ਗਿਆ ਹੈ ਬਟ a trial it doesn't seem genuine right last time appa gal kar rahe si jo saadi community vich loki trump nu support karde hai and there is quite a few members of the sikh punjabi community in america jo bade
ਡਟ ਕੇ ਉਹਦੇ ਸਪੋਰਟਰ ਹੈਗੇ ਐਂਡ ਵੀ ਜੈਨੂਇਨਲੀ ਵਾਂਟਡ ਟੂ ਨੋ ਵਾਈ ਦੇ ਸਪੋਰਟ ਹਿਮ ਇਜ਼ ਇਟ ਅ ਪਾਲਿਸੀ ਥਿੰਗ ਇਜ਼ ਇਟ ਅ ਪਰਸਨੈਲਿਟੀ ਥਿੰਗ ਸਮਥਿੰਗ ਅਬਾਊਟ ਦ ਵੇ ਹੀ ਕੈਰੀਜ਼ ਹਿਮਸੈਲਫ ਜੋ ਲੋਕ ਉਹਦੇ ਪਿੱਛੇ ਜੁੜਦੇ ਆ ਯੂ ਨੋ ਐਂਡ ਵੀ ਹਰਡ ਸਮ ਰੀਅਲੀ ਇੰਟਰਸਟਿੰਗ ਥਿੰਗਸ ਬਟ ਉਨ੍ਹੀਂ ਲੋਕਾਂ ਨੂੰ ਮੇਰਾ ਅੱਜ ਇਹ ਕੁਐਸਚਨ ਬਣਦਾ ਹੈ ਉਹ ਤਾਂ ਸਾਡੀ ਗੱਲ ਦੋ ਹਫ਼ਤੇ ਦੇ ਪਹਿਲੇ ਦੀ ਸੀਗੀ ਹੁਣ ਇੰਪੀਚਮੈਂਟ ਦੀ ਟ੍ਰਾਇਲ ਅੰਡਰਵੇ ਹੋਣ ਤੋਂ ਬਾਅਦ ਤੁਹਾਡਾ ਕੀ ਓਪੀਨੀਅਨ ਚੇਂਜ ਹੋਇਆ ਹੈ ਦੈਟ ਅਲਟੀਮੇਟਲੀ ਇਹ ਟ੍ਰਾਇਲ ਫੇਅਰ ਨਹੀਂ ਕੰਡਕਟ ਹੋ ਰਹੀ ਐਵੀਡੈਂਸ ਵਿਟਨੈਸਿਸ ਤੱਕ ਨਹੀਂ ਆਉਣ ਦੇ ਰਹੇ ਹਾਊ ਇਜ਼ ਇਟ ਈਵਨ ਅ ਟ੍ਰਾਇਲ ਐਂਡ ਇਫ ਦੇਰ ਇਜ਼ ਨਥਿੰਗ ਟੂ ਹਾਈਡ ਵਾਈ ਨਾਟ ਲੈਟ ਦ ਵਿਟਨੈਸਿਸ ਕਮ ਟੂ ਦ ਸਟੈਂਡ Ashmita, see, the most important thing to realize is this. US, the constitution which, Article 1 jada hai, o power denda hai Congress nu. Okay. Jo president hai, o aanda hai under Article 2. Okay. Which means ki je lokan di power hai, that is above the president, mm-hmm. right? As it should be. Yeah, he's not a dictator or king. Jada president hai, o king nahi hai. Exactly. Right? Te e jada role hai, e Congress da ek balance of power, mm-hmm. ek check us di arbitrary powers power de upar. Yeah. Right. Te is case which jo samne aaya hai, ki... Republican party they I think this will be you know a stain on their you know records. their record ki a like ek badi significant recently ghatna ghati hai jehde national security advisor sige Trump de John Bolton right who was made to leave the administration last September ਉਹਨਾਂ ਦੀ ਇੱਕ ਕਿਤਾਬ ਜੋ ਪਬਲਿਸ਼ ਨਹੀਂ ਹੋਈ ਹੈ ਉਹ ਹਾਂਜੀ 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 ਇਟ ਹੈਜ਼ ਕਮ ਆਊਟ ਕਿ ਉਸਦੇ 'ਚ ਉਹਨਾਂ ਨੇ ਬੜੀ ਸਪੈਸੀਫਿਕਲੀ ਇਹ ਗੱਲ ਕਹੀ ਹੈ ਕਿ ਬਈ ਪ੍ਰੈਜ਼ੀਡੈਂਟ ਟਰੰਪ ਨੇ ਮੈਨੂੰ ਇਹ ਕਿਹਾ ਕਿ ਬਈ ਅਸੀਂ $400 million ਦੀ ਜਿਹੜੀ ਏਡ ਹੈ ਹੋਲਡ ਕਰਨੀ ਹੈ ਜਦ ਤੱਕ ਉਹ ਬਾਈਡਨ ਵਾਸਤੇ ਕੁਛ ਨਾ ਬੋਲਣ ਨੋ ਡਿਸਪਾਈਟ ਦਿਸ ਐਵੀਡੈਂਸ ਕਮਿੰਗ ਆਊਟ ਪਹਿਲਾਂ ਇਹ ਬੜਾ ਸਾਰੇ ਐਵਰੀਵਨ ਵਾਸ ਕਨਵਿੰਸ ਕਿ ਬਈ ਇਹਨਾਂ ਨੇ ਕੋਈ ਵਿਟਨੈਸ ਨਹੀਂ ਲਿਆਉਣ ਦੇਣਾ ਬਟ ਜਦ ਇਹ ਸਾਹਮਣੇ ਆਇਆ ਤਾਂ ਐਵਰੀਵਨ ਵਾਸ ਲਾਈਕ ਕਿ ਹੁਣ ਕਿਸ ਮੂੰਹ ਨਾਲ ਮਨਾ ਕਰਾਂਗੇ ਬਟ ਸਟਿਲ ਵੀ ਆਰ ਸੇਇੰਗ ਦੇ ਆਰ ਏਬਲ ਟੂ ਸਟਿਲ ਡਿਨਾਈ ਵਿਟਨੈਸਸ ਓਨਲੀ 3 ਸੈਨੇਟਰਸ ਫਰਮ ਦ ਰਿਪਬਲਿਕਨ ਸਾਈਡ ਹੈਵ ਕਮ ਆਊਟ ਹੂ ਹੈਵ ਸੈਡ ਕਿ ਬਈ ਵੀ ਵਾਂਟ ਟੂ ਹੇਅਰ ਫਰਮ ਦ ਵਿਟਨੈਸਸ ਵਾਂਟ ਟੂ ਹੇਅਰ ਫਰਮ ਬੋਲਟਨ ਬਾਕੀ ਜਿਹੜੇ ਹੈਗੇ ਇਟਸ ਸਟਿਲ ਦ ਸੇਮ ਲੈਟਸ ਹੇਅਰ ਫਰਮ ਆਰ ਕਾਲਰਸ ਟੂ ਸ਼ੁਰ ਸਸਿਕਾਲ ਯੂ ਆਰ ਲਾਈਵ ਔਨ 에ਅਰ ਤੁਹਾਡਾ ਨਾਮ ਤੇ ਤੁਹਾਡੀ ਲੋਕੇਸ਼ਨ ਸਸਿਕਾਲ ਜੀ ਸਸਿਕਾਲ ਦੱਸੋ ਤੁਸੀਂ ਔਨ 에ਅਰ ਹੈਗੇ ਹਾਂਜੀ ਵੈਸੇ ਜਿਹੜਾ ਆਪਣਾ ਪ੍ਰੈਜ਼ੀਡੈਂਸ਼ੀਅਲ ਟ੍ਰਾਇਲ ਹੁੰਦਾ ਨਾ ਸੈਨੇਟ ਦੇ ਵਿੱਚ ਡਬਲ ਟੀਅਰ ਆਪਣਾ ਹੁੰਦਾ ਜੀ ਕਿਉਂਕਿ ਜੋ ਵੀ ਵਿਟਨੈਸ ਹੈਗੇ ਆ ਇਹ ਸ਼ੁੱਡ ਬੀ ਕਾਲਡ ਇਨ ਦਾ ਕਾਂਗਰਸ ਨੂੰ ਕੰਪਲੀਟ ਕੇਸ ਸੈਨੇਟ ਅੱਗੇ ਲੈ ਕੇ ਆਉਣਾ ਪੈਂਦਾ ਇਹਦੇ ਵਿੱਚ ਸੈਨੇਟ ਜਿਹੜੀ ਆਪਣੇ ਵਿਟਨੈਸ ਨਹੀਂ ਕਾਲ ਕਰ ਰਹੀ ਉਹ ਵੀ ਠੀਕ ਨਹੀਂ ਕਿਉਂਕਿ ਫਾਰ ਦਾ ਫਿਊਚਰ ਇੱਥੇ ਨਹੀਂ ਨਾ ਬਿਕਾਜ਼ ਇਟਸ ਦਾ ਵਨ ਆਫ ਦਾ ਬਿਗੈਸਟ ਟ੍ਰਾਇਲ ਇਨ ਦਾ ਵਰਲਡ ਸਿਰਫ ਉਹਨਾਂ ਨੇ ਸਿਰਫ ਤੇ ਸਿਰਫ ਸੈਨੇਟ ਇਹ ਦੇਖਣਾ ਕਿ ਜਿਹੜਾ ਇਹਨਾਂ ਨੇ ਇਨਵੈਸਟੀਗੇਸ਼ਨ ਕਰੀ ਆ ਉਹ ਆਪਣੇ ਹਾਊਸ ਨੇ ਸਹੀ ਕਰੀ ਹੈ ਕਿ ਨਹੀਂ ਕਰੀ ਉਹਨਾਂ ਸੈਨੇਟ ਕੋਈ ਆਪਣਾ ਉਹਨਾਂ ਦਾ ਕੋਈ ਰਿਸਪੋਂਸੀਬਿਲਿਟੀ ਨਹੀਂ ਕਿ ਉਹ ਨਵੇਂ ਵਿਟਨੈਸ ਨੂੰ ਉਹ ਲੈ ਕੇ ਆਉਣ ਇਸੇ ਕਰਕੇ ਨਹੀਂ ਉਹ ਲੈ ਕੇ ਆ ਰਹੇ ਕਿਉਂਕਿ ਜੋ ਵੀ ਉਹਨਾਂ ਨੇ ਪਹਿਲਾਂ ਕੰਮ ਕਰਿਆ ਜਦੋਂ ਇਨਕੰਪਲੀਟ ਹੈ ਜੀ ਇਨਕੰਪਲੀਟ ਤੋਂ ਲੈ ਕੇ ਕਿਉਂ ਤੇ ਉਹਨਾਂ ਨੇ 30 ਦਿਨ ਆਪਣਾ ਫੜ ਕੇ ਵੀ ਰੱਖੀ ਰਹੇ ਆਪਣੇ ਆਰਟੀਕਲ ਇੰਪੀਚਮੈਂਟ ਇਸ ਕਰਕੇ ਜਿਹੜਾ ਇਹ ਆਪਣਾ ਇਹ ਹੈਗਾ ਅਮੈਰੀਕਨ ਇਹ ਜਾਣਦੇ ਕਿਤੇ 67% ਪੂਰੇ ਤਾਂ ਹੋਣੇ ਨਹੀਂ ਗੇ ਇਹ ਸਿਰਫ ਇਸ ਪੋਲੀਟੀਕਲ ਸਰਕਸ ਆ ਕਿਉਂਕਿ ਜਿਹੜੀ ਪਾਰਟੀ ਦੂਸਰੇ ਪਾਸੇ ਆ ਉਹਨਾਂ ਕੋਲ ਉਹ ਦੇ ਵਾਂਟ ਟੂ ਕੀਪ ਡੋਨਲਡ ਟਰੰਪ ਬਿਜ਼ੀ ਇਨ ਦਿਸ ਪ੍ਰੋਬਲਮ Yeah, but oh, busy ta lag nahi rahe. I mean, he's already in Iowa. He knows that. Haan ji, ye gall hai ki he knows that they can't impeach him. Yeah. They don't have the votes for to do it. Keep killing the time. That's the reason they were holding for 30 days. The reason they want to push this close to the election time. That's the only problem. They will never impeach him. Ek gal point out karna chahenge ki ek gal todi theek hai ki house jehda hai oh complete karke ਭੇਜਦਾ ਸੈਨੇਟ 'ਚ ਬਟ ਜਿਹੜੀ ਸੈਨੇਟ ਹੈ ਉਹ ਵੀ ਆਪਣੇ ਵਿਟਨੈਸਿਸ ਬੁਲਾਉਂਦੀ ਹੈ ਤੁਹਾਨੂੰ ਯਾਦ ਹੋਣਾ ਕਿ ਕਲਿੰਟਨ ਦੇ ਟਾਈਮ 3 ਵਿਟਨੈਸਿਸ ਬੁਲਾਏ ਗਏ ਸੀਗੇ ਔਰ ਜਿਹੜਾ ਇਹਨਾਂ ਦਾ ਰਿਪਬਲਿਕਨਸ ਦਾ ਆਰਗੂਮੈਂਟ ਹੈ ਕਿ ਬਈ ਅਗਰ ਅਸੀਂ ਵਿਟਨੈਸਿਸ ਬੁਲਾਵਾਂਗੇ ਤਾਂ ਬੜਾ ਲੰਬਾ ਹੋ ਜਾਏਗਾ ਬੜਾ ਟਾਈਮ ਲੱਗ ਜਾਏਗਾ 3 ਦਿਨ ਵਿੱਚ 3 ਵਿਟਨੈਸਿਸ ਹੋਏ ਸਨ ਅਤੇ ਇਹ ਜਿਹੜਾ ਉਹਨਾਂ ਦਾ ਆਰਗੂਮੈਂਟ ਹੈ ਇਟ ਡਜ਼ ਨੋਟ ਹੋਲਡ ਵਾਟਰ ਥੈਂਕਸ ਫੋਰ ਯੂਰ ਕਾਲ ਥੈਂਕ ਯੂ ਸੋ ਮਚ ਕਾਲਰ ਨੇ ਬੜਾ ਵਧੀਆ ਪੁਆਇੰਟ ਰੇਜ਼ ਕੀਤਾ ਦੈਟ ਇਹ ਪੂਰੀ ਟ੍ਰਾਇਲ ਇੱਕ ਸਰਕਸ ਜਿਹਾ ਬਣ ਗਿਆ ਬਟ ਇਹ ਗੱਲ ਸਹੀ ਹੈ ਦੈਟ ਦਿਸ ਵਿਲ
forever go down in history. Jo Senate de actions hai ge, oh bhi recorded ho jaange. Puri dunya vekh rahi hai sanu. You know, इस ऑडियंस दा एक बड़ा यूनिक परस्पेक्टिव है साड़ी अद्धी जिंदगी इंडिया वाले पास अद्धी जिंदगी अब्रॉड सो यू हैव द मेमोरीज ऑफ अ डिफरेंट पॉलिटिकल सिस्टम एंड अ डिफरेंट जस्टिस सिस्टम राइट अमेरिका दी परस्पेक्टिव दुनिया विच ए हैगा कि तुहानू इस लैंड विच जस्टिस जरूर मिलती है अगर तुहाडे नाल सच्चाई होए बट ਇਹ ਕਿਸ ਤਰ੍ਹਾਂ ਦਾ ਐਗਜ਼ਾਮਪਲ ਸੈੱਟ ਕਰ ਰਿਹਾ ਸਾਡੇ ਪੋਲੀਟੀਸ਼ੀਅਨ ਸਾਡੇ ਲੀਡਰਸ ਜਦੋਂ ਇਸ ਕੰਟਰੀ ਵਿੱਚ ਜਸਟਿਸ ਹਮੇਸ਼ਾ ਕਹਿੰਦੇ ਜਸਟਿਸ ਆਲਵੇਜ਼ ਪ੍ਰਵੇਲਸ ਜਸਟਿਸ ਇਜ਼ ਸਰਵਡ ਇੱਥੇ ਤਾਂ ਜੋ ਜਸਟਿਸ ਦਾ ਪ੍ਰੋਸੈਸ ਹੈ ਉਹੀ ਆਨਰ ਨਹੀਂ ਹੋ ਰਿਹਾ ਐਂਡ ਦੇ ਆਰ ਜਸਟ ਰਸ਼ਿੰਗ ਇਟ ਥਰੂ ਵਿਦਆਊਟ ਜਿੱਦਾਂ ਕਹਿੰਦੇ ਨਾ ਡੂਇੰਗ ਦ ਡਿਊ ਡਿਲੀਜੈਂਸ ਆਫ ਐਟ ਲੀਸਟ ਹੀਅਰਿੰਗ ਵਿਟਨੈਸਿਸ ਐਂਡ ਲੁਕਿੰਗ ਐਟ ਐਵੀਡੈਂਸ I think it will bode very badly on the Republicans ki at least the witnesses jaden or evidence it looks like a cover up it does not look like a trial it looks like a cover up yeah exactly and main ek bari fir benti karangi un viewers nu jo paave tusi democrat side te lean karde ho ya republican side te lean karde ho we want to hear your views tusi sanu call karke apne vichar sanje karo because sanu eh samajhna hai ki jo log ki hale bhi trump ਨਾਲ ਸਪੋਰਟ ਕਰਦੇ ਉਹਨੂੰ ਜੁੜੇ ਹੋਏ ਉਹਨਾਂ ਦੇ ਓਪੀਨੀਅਨ ਜ਼ਿਆਦਾ ਚੇਂਜ ਨਹੀਂ ਹੋਏ ਇਹ ਸਾਰੀ ਇੰਪੀਚਮੈਂਟ ਪ੍ਰੋਸੀਡਿੰਗ ਨਾਲ ਲਾਸਟ ਟਾਈਮ ਸਾਡੀ ਗੱਲ ਹੋਈ ਸੀ ਕਾਫੀ ਮੈਂ ਲੋਕ ਕਮਿਊਨਿਟੀ ਦੇ ਲੋਕਾਂ ਨਾਲ ਜੋ ਟਰੰਪ ਦੇ ਕਾਫੀ ਵੱਡੇ ਸਪੋਰਟਰ ਹੈ ਉਹਨਾਂ ਨੇ ਇਹੀ ਕਿਹਾ ਸਾਨੂੰ ਦੈਟ ਇਹ ਇੰਪੀਚਮੈਂਟ ਬੜੀ ਬੋਗਸ ਹੈ ਦੈਟ ਡੈਮੋਕਰੈਟਸ ਨੇ ਬੜੀ ਬਿਗ ਮਿਸਟੇਕ ਕੀਤੀ ਇਹਨੂੰ ਪਾ ਕੇ ਐਂਡ ਇਹਦਾ ਕੋਈ ਫਾਇਦਾ ਨਹੀਂ ਹੋਣਾ ਬਟ ਗੱਲ ਅੱਜ ਹੋ ਰਹੀ ਹੈ ਉਸ ਟ੍ਰਾਇਲ ਦੀ ਨਾ ਕਿ ਉਸ ਇੰਪੀਚਮੈਂਟ ਦੇ ਕਾਰਨ ਦੀ ਉਸ ਟ੍ਰਾਇਲ ਦੀ ਗੱਲ ਹੋ ਰਹੀ ਹੈ ਕਿ ਅਗਰ ਟ੍ਰਾਇਲ ਅਗਰ ਤੁਹਾਡੀ ਇਫ ਯੂ ਡੋਂਟ ਹੈਵ ਐਨੀਥਿੰਗ ਟੂ ਹਾਈਡ ਦੈਨ ਤੁਸੀਂ ਫੇਅਰ ਟ੍ਰਾਇਲ ਕਿਉਂ ਨਹੀਂ ਕਰ ਸਕਦੇ ਸੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਹਰਜੋਤ ਯੂ ਨੋ ਪੀਪਲ ਹੂ ਸਪੋਰਟ ਹਿਮ ਹੂ ਥਿੰਕ ਇੰਪੀਚਮੈਂਟ ਇਜ਼ ਬੋਗਸ ਡੋਂਟ ਦੇ ਸਟਿਲ ਬਿਲੀਵ ਇਨ ਜਸਟਿਸ The country has been very strongly polarized on this issue right from the beginning. But there are still many people jo initially ye mande sige ki bhai jehdi impeachment hegi hai unnecessary hegi hai galat hegi hai they would say agar kuch galat kita vi hai it does not rise to the level of impeachment right. But even amongst those people there are certain people who are saying ki bhai at least jehda witnesses and Go ahead, sorry. ਉਹਤੇ ਸਾਹਮਣੇ ਆਉਣੇ ਚਾਹੀਦੇ ਸੀਗੇ ਐਂਡ ਸੈਨੇਟਰਸ ਯੂ ਨੋ ਦੇ ਵੋਂਟ ਬੀ ਡੂਇੰਗ ਜਸਟਿਸ ਟੂ ਦੇਅਰ ਜੋਬ ਦੇਅਰ ਰੋਲ ਬਾਏ ਨੋਟ ਲਿਸਨਿੰਗ ਟੂ ਦ ਐਵੀਡੈਂਸ ਦੈਟ ਇਜ਼ ਦੇਅਰ ਐਂਡ ਜੋ ਅਗਰ ਇਹ ਕਿੰਨੀ ਸੀਰੀਅਸ ਐਲੀਗੇਸ਼ਨ ਲੱਗ ਰਹੀ ਹੈ ਜੋ ਬੰਦਾ ਜਿਸਨੇ ਸਾਰਾ ਪ੍ਰੋਸੈਸ ਯੂ ਨੋ ਡਾਇਰੈਕਟਲੀ ਵੇਖਿਆ ਜੌਨ ਬੋਲਟਨ ਜਿਹੜੇ ਉਹਨਾਂ ਦੇ ਚੀਫ ਆਫ ਸਟਾਫ ਮੁਲਵਾਨੀ ਇੱਕ ਵੀ ਇਦਾਂ ਦਾ ਬੰਦਾ ਜਿਹੜਾ ਹੈ ਉਹ ਸਾਹਮਣੇ ਨਹੀਂ ਟੈਸਟੀਫਾਈ ਐਗਜ਼ੈਕਟਲੀ ਤੁਸੀਂ ਵੀ ਕਾਲ ਕਰਕੇ ਆਪਣੇ ਵਿਊਜ਼ ਸਾਂਝੇ ਕਰ ਸਕਦੇ ਹੋ ਤੁਹਾਡੀ ਕਾਲ ਜ਼ਰੂਰ ਚੁੱਕਾਂਗੇ ਪਲੀਜ਼ ਕਾਲ ਅਸ ਅ ਕਪਲ ਆਫ ਕਾਲਸ ਐਕਸੀਡੈਂਟਲੀ ਗਾਟ ਡਿਲੀਟਡ ਸੋ ਬੇਨਤੀ ਹੈ ਤੁਸੀਂ ਕਾਲ ਕਰ ਸਕਦੇ ਹੋ ਬਟ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਦੈਟ ਜੋ ਤਾਂ ਸੈਨੇਟਰਸ ਹੈਗੇ ਉਹਨਾਂ ਦੀ ਤਾਂ ਆਫਿਸ ਉਹਨਾਂ ਦੀ ਡਿਊਟੀ ਬਣਦੀ ਹੈ ਇਸ ਪ੍ਰੋਸੀਜਰ ਨੂੰ ਕੈਰੀ ਆਊਟ ਕਰਨਾ ਬ੍ਰੇਕ ਤੋਂ ਬਾਅਦ ਮੈਂ ਜ਼ਰੂਰ ਲੋਕਾਂ ਨੂੰ ਦੱਸਣਾ ਚਾਹਾਂਗੀ ਕਿ ਜੋ ਟਰੰਪ ਦੀ ਡਿਫੈਂਸ ਟੀਮ ਹੈ ਉਹ ਕੀ ਆਰਗੂਮੈਂਟ ਲੈ ਕੇ ਆ ਰਹੇ ਕਿ ਕਿਉਂ ਪ੍ਰੈਜ਼ੀਡੈਂਟ ਇਸ ਚੀਜ਼ ਲਈ ਗਿਲਟੀ ਨਹੀਂ ਹੈਗਾ ਅਤੇ ਕਿਉਂ ਉਹਨਾਂ ਨੂੰ ਇੰਪੀਚ ਕਰਨਾ ਬਿਲਕੁਲ ਵੇਸਟ ਆਫ ਟਾਈਮ ਹੈ ਬਟ ਇਹ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਬਾਅਦ ਸਾਰਿਆਂ ਦਾ ਫਿਰ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਅਤੇ ਗੱਲ ਹੋ ਰਹੀ ਹੈ ਡੋਨਲਡ ਟਰੰਪ ਦੀ ਇੰਪੀਚਮੈਂਟ ਦੀ ਟ੍ਰਾਇਲ ਬਾਰੇ ਇੰਪੀਚਮੈਂਟ ਦਾ ਤੁਹਾਡਾ ਕੋਈ ਵੀ ਓਪੀਨੀਅਨ ਹੋਏ ਭਾਵੇਂ ਤੁਸੀਂ ਸਪੋਰਟ ਵਿੱਚ ਹੈਗੇ ਪ੍ਰੈਜ਼ੀਡੈਂਟ ਦੇ ਜਾਂ ਉਹਨੂੰ ਅਪੋਜ਼ ਕਰਦੇ ਹੋ ਜਾਂ ਇੰਪੀਚਮੈਂਟ ਦੀ ਰੀਜ਼ਨਸ ਨੂੰ ਅਪੋਜ਼ ਕਰਦੇ ਹੋ ਜੋ ਟ੍ਰਾਇਲ ਹੋ ਰਹੀ ਹੈ ਇੰਪੀਚਮੈਂਟ ਦੀ ਅੱਜ ਗੱਲ ਉਹਦੇ ਬਾਰੇ ਹੋ ਰਹੀ ਹੈ ਐਂਡ ਅਗਰ ਇਹ ਟ੍ਰਾਇਲ ਫੇਅਰ ਤਰੀਕੇ ਨਾਲ ਕੈਰੀ ਆਊਟ ਹੋ ਰਹੀ ਹੈ ਮੇਰੇ ਨਾਲ ਹਰਜੋਤ ਇਸ ਗੱਲ ਨੂੰ ਡਿਸਕਸ ਕਰ ਰਹੇ ਅਤੇ ਕਾਲਰਸ ਵੀ ਜੁੜ ਚੁੱਕੇ ਹੈ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੋ ਤੁਹਾਡਾ ਕੀ ਕੁਐਸਚਨ ਹੈ ਅੱਜ ਹਾਂਜੀ ਮੈਂ ਹਰਦੇਵ ਸਿੰਘ ਬੋਲ ਰਿਹਾ ਲੌਂਗ ਆਈਲੈਂਡ ਤੋਂ ਅਸ਼ਮੀਤਾ ਜੀ ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਹੁਤ ਵਧੀਆ ਮੁੱਦਾ ਲਿਆਂਦਾ ਤੁਸੀਂ ਸਾਡੇ ਲੋਕਾਂ ਨੂੰ ਅਸੀਂ ਸਾਰੇ ਇੰਡੀਆ ਦੀ ਪੰਜਾਬ ਦੀ ਪੋਲੀਟਿਕਸ ਡਿਸਕਸ ਕਰਦੇ ਰਹਿੰਦੇ ਹਾਂ ਇੱਥੇ ਦੀ ਪੋਲੀਟਿਕਸ ਬਾਰੇ ਵੀ ਪਤਾ ਹੋਣਾ ਚਾਹੀਦਾ
ਤੇ ਅਸੀਂ ਰੋਜ਼ ਅਖਬਾਰਾਂ 'ਚ ਇੰਪੀਚਮੈਂਟ ਦਾ ਬੜਾ ਬਿਗ ਨਾਇਸ ਸਾਨੂੰ ਪੜ੍ਹ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ ਕਿ ਹਾਊਸ ਨੇ ਉਹਨੂੰ ਇੰਪੀਚ ਕਰਤਾ, ਨਾਓ ਦਾ ਕੇਸ ਇਜ਼ ਇਨ ਦਾ ਕੋਰਟ, ਦੈਨ ਇਟਸ ਗਨ ਆਫਟਰ ਦੈਟ ਟੂ ਦਾ ਸੈਨੇਟ। ਹਰਜੋਤ ਜੀ, ਆਮ ਲੋਕਾਂ ਵਾਸਤੇ ਸਮਝਣ ਵਾਸਤੇ ਕਿ ਹਾਊਸ ਕਿਹਨੂੰ ਕਹਿੰਦੇ ਆ, ਉਹਦੇ 'ਚ ਮੈਜੋਰਿਟੀ ਕਿਹਦੀ ਆ, ਕਿੰਨੇ ਕਿੰਨੇ ਮੈਂਬਰਾਂ ਦੀ ਆ, ਤੇ ਕਿਹੜੀ ਕੋਰਟ 'ਚ, ਇਹ ਸੁਪਰੀਮ ਕੋਰਟ 'ਚ ਇਸ ਵੇਲੇ ਇਹ ਟ੍ਰਾਇਲ ਚੱਲ ਰਿਹਾ ਜਾਂ ਕਿੱਥੇ ਚੱਲ ਰਿਹਾ, ਅਤੇ ਉਹਦੇ ਬਾਅਦ ਸੈਨੇਟ 'ਚ ਜਾਣਾ ਵਾ, ਤਾਂ ਉੱਥੇ ਕਿਹਦੀ ਮੈਜੋਰਿਟੀ ਆ ਜਾਂ ਵਟ ਵਿਲ ਇਟ ਐਂਡ ਅਪ ਟੂ। ਜੀ ਜੀ, ਥੈਂਕ ਯੂ ਹਰਦੇਵ ਜੀ, ਤੁਹਾਡਾ ਬੜਾ ਵਧੀਆ ਕੁਐਸਚਨ ਹੈ, ਅਤੇ ਇਸ ਕੁਐਸਚਨ ਦਾ ਆਂਸਰ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ, ਮੀਨ ਫਸਟ ਲੈਟਸ ਟੈਲ ਕਿ ਹਾਊਸ ਅਤੇ ਸੈਨੇਟ ਦਾ ਡਿਫਰੈਂਸ ਕੀ ਹੈਗਾ, ਰਾਈਟ? ਦੇਖੋ ਅਸ਼ਮਿਤਾ ਜੀ, ਹਰਦੇਵ ਜੀ, ਅਗਰ ਆਪਾਂ ਬਿਲਕੁਲ ਬੇਸਿਕ ਲੈਵਲ 'ਤੇ ਗੱਲ ਕਰੀਏ ਤਾਂ ਇੱਕ ਲੋਅਰ ਹਾਊਸ ਹੈਗਾ, ਇੱਕ ਅਪਰ ਹਾਊਸ ਹੈਗਾ। ਜਿਹੜਾ ਲੋਅਰ ਹਾਊਸ ਹੈ ਉਸਨੂੰ ਹਾਊਸ ਕਿਹਾ ਜਾਂਦਾ, ਹਾਊਸ ਆਫ ਰੈਪ੍ਰੈਜੈਂਟੇਟਿਵਸ, ਰਾਈਟ? ਇਸਦੇ ਤਕਰੀਬਨ 435 ਮੈਂਬਰ ਹੁੰਦੇ ਨੇ ਜੋ ਆਲ ਓਵਰ ਦਾ ਕੰਟਰੀ ਡਿਸਟ੍ਰਿਕਟਸ ਹੁੰਦੀਆਂ, ਕਾਂਗਰੈਸ਼ਨਲ ਡਿਸਟ੍ਰਿਕਟਸ ਕਹਿੰਦੇ ਉਹਨਾਂ ਨੂੰ, ਜਿਸ ਤੋਂ ਇਲੈਕਟ ਹੋ ਕੇ ਆਉਂਦੇ ਨੇ, ਲੋਕ ਡਾਇਰੈਕਟ ਇਹਨਾਂ ਲਈ ਵੋਟ ਪਾਉਂਦੇ ਨੇ। ਉਸਦੇ ਵਿੱਚ ਇਸ ਵੇਲੇ ਡੈਮੋਕਰੈਟਸ ਦੀ ਮੈਜੋਰਿਟੀ ਹੈਗੀ ਹੈ, ਰਾਈਟ? ਉਸਦੇ ਉੱਪਰ ਬਾਅਦ ਆਉਂਦਾ ਇੱਕ, ਜਿਸ ਨੂੰ ਜਿਵੇਂ ਇੰਡੀਆ 'ਚ ਰਾਜਯ ਸਭਾ ਹੁੰਦਾ ਹੈ, ਜੋ ਅਪਰ ਹਾਊਸ ਕਹਿੰਦੇ, ਜਿਸਨੂੰ ਸੈਨੇਟ ਕਿਹਾ ਜਾਂਦਾ ਹੈ। ਸੈਨੇਟ ਦਾ ਮਤਲਬ ਹੀ ਹੁੰਦਾ ਅਸੈਂਬਲੀ ਆਫ ਐਲਡਰਸ, ਰਾਈਟ? ਅਤੇ ਜਿਹੜੀ ਸੈਨੇਟ ਹੈ ਉਹ 100 ਮੈਂਬਰਸ ਹੁੰਦੇ ਨੇ, 50 ਸਟੇਟਸ ਹੈਗੀਆਂ ਯੂ ਐੱਸ ਵਿੱਚ, ਹਰ ਸਟੇਟ ਦੇ 2 ਸੈਨੇਟਰਸ ਹੁੰਦੇ, ਇੱਕ ਸੀਨੀਅਰ ਸੈਨੇਟਰ ਹੁੰਦਾ, ਇੱਕ ਜੂਨੀਅਰ ਸੈਨੇਟਰ ਹੁੰਦਾ। ਇਸਦੇ ਉੱਪਰ ਇਸ ਕੰਟਰੀ ਵਿੱਚ ਬੜਾ ਇਸ਼ੂ ਰਿਹਾ, ਇੱਕ ਕੈਲੀਫੋਰਨੀਆ ਜੀ ਸਟੇਟ ਜਾਂ ਨਿਊਯਾਰਕ ਜੀ ਸਟੇਟ ਜਿਹਦੇ 'ਚ ਇੰਨੇ ਬੜੀ ਪਾਪੂਲੇਸ਼ਨ ਹੈਗੀ ਹੈ, ਔਰ ਇੱਕ ਡਕੋਟਾ ਜੀ ਸਟੇਟ, ਨੌਰਥ ਡਕੋਟਾ, ਸਾਊਥ ਡਕੋਟਾ, ਬੜੀ ਛੋਟੀ ਪਾਪੂਲੇਸ਼ਨ ਹੈ, ਬਟ ਕਹਿੰਦੇ ਹਰ ਸਟੇਟ ਦਾ ਇਕੁਅਲ ਰਿਪ੍ਰੈਜੈਂਟੇਸ਼ਨ ਹੋਏ, ਇਸ ਕਰਕੇ ਹਰ ਸਟੇਟ ਤੋਂ 2 ਸੈਨੇਟਰਸ ਭੇਜਦੇ ਨੇ। ਸੋ ਸਿੰਪਲ ਵੇ ਟੂ ਅੰਡਰਸਟੈਂਡ ਇਜ਼, ਹਰ ਸਟੇਟ ਵਿੱਚ ਵੱਖਰੀ ਪਾਪੂਲੇਸ਼ਨ ਕਰਕੇ, ਇਹ ਨਹੀਂ ਹੈਗਾ ਕਿ ਅਗਰ ਤੁਹਾਡੀ ਲਾਰਜ ਪਾਪੂਲੇਸ਼ਨ ਹੈ ਤੁਹਾਨੂੰ ਹੀ ਸਾਰੀ ਵੋਟਿੰਗ ਦੀ ਐਡਵਾਂਸਿਸ ਮਿਲਣ, ਜਾਂ ਤੁਹਾਡੀ ਛੋਟੀ ਪਾਪੂਲੇਸ਼ਨ ਹੈ ਤੁਹਾਨੂੰ ਬਿਲਕੁਲ ਨਹੀਂ ਇਗਨੋਰ ਕੀਤਾ ਜਾਏ। ਇੱਕ ਹਾਊਸ, ਇੱਕ ਚੇਂਬਰ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਸੈਟਅਪ ਕੀਤਾ ਜਾਂਦਾ, ਦੈਟ ਇਜ਼ ਦੀ ਹਾਊਸ ਆਫ ਰੈਪ੍ਰਜੈਂਟੇਟਿਵਸ। ਦੈਟਸ ਵਾਈ ਉਹਦੇ 'ਚ ਇੰਨੇ ਜ਼ਿਆਦਾ ਮੈਂਬਰਸ ਹੈਗੇ, ਬਿਕੋਜ਼ ਪਾਪੂਲੇਸ਼ਨ ਦੇ ਹਿਸਾਬ ਨਾਲ ਉਹ ਸਿਲੈਕਟ ਕੀਤੇ ਗਏ ਹੈ, ਅਤੇ ਕੈਲੀਫੋਰਨੀਆ ਅਤੇ ਨਿਊਯਾਰਕ ਦੇ ਮੈਂਬਰਸ ਜ਼ਿਆਦਾ ਹੋਣਗੇ, ਬਿਕੋਜ਼ ਦੇ ਹੈਵ ਅ ਲਾਰਜਰ ਪਾਪੂਲੇਸ਼ਨ। ਬਟ ਜੋ ਸੈਨੇਟ ਹੈਗੀ ਉਹਦੇ 'ਚ ਹਰ ਇੱਕ ਸਟੇਟ ਨੂੰ ਸਿਰਫ 2 ਸੈਨੇਟਰਸ ਮਿਲਦੇ ਹੈ, ਤਾਂ ਕਿ ਭਾਵੇਂ ਤੁਹਾਡੀ ਪਾਪੂਲੇਸ਼ਨ ਕਮ ਵੀ ਹੋਏ ਤੁਹਾਡੇ ਕੋਲ ਇਕੁਅਲ ਰੈਪ੍ਰਜੈਂਟੇਸ਼ਨ ਹੈਗੀ। ਐਂਡ ਜੋ ਸਾਡੇ ਫਾਊਂਡਿੰਗ ਫਾਦਰ ਸੀਗੇ ਇਸ ਕੰਟਰੀ ਦੇ, ਜਿਨ੍ਹਾਂ ਨੇ ਇਸ ਕੰਟਰੀ ਦੀ ਕੋਨਸਟੀਟਿਊਸ਼ਨ ਨੂੰ ਲਿਖਿਆ, ਇਸ ਸਿਸਟਮ ਨੂੰ ਸੈਟਅਪ ਕੀਤਾ, ਉਹਨਾਂ ਦੇ ਇਹ ਇੰਟੈਂਸ਼ਨ ਸੀਗੀ ਕਿ ਜੋ ਹਾਊਸ ਆਫ ਰੈਪ੍ਰਜੈਂਟੇਟਿਵਸ ਹੈਗਾ ਉਹਦੇ 'ਚ ਗਰਮ ਅਤੇ ਹੌਟ ਡਿਬੇਟ ਹੋਏ। ਜਿੱਦਾਂ ਤੁਸੀਂ ਕਿ ਚਿੱਕਾ ਚਲਾਉਣ ਦੇ ਨਾਲ ਲੋਕ ਆਪਣੇ ਪੂਰੇ ਪਾਪੂਲੇਸ਼ਨ ਦੇ ਵਿਊਜ਼ ਅੱਗੇ ਰੱਖਣ ਅਤੇ ਪੋਲਿਸੀ ਬਣੇ। ਬਟ ਜੋ ਸੈਨੇਟ ਹੈਗੀ, ਜਿੱਦਾਂ ਤੁਸੀਂ ਕਿਹਾ, ਦੀ ਕਲੈਕਸ਼ਨ ਐਲਡਰਸ, ਉਹ ਹੈਗੀ ਜੋ ਤੁਹਾਡੀ ਪਲੇਟ ਜਿਹਦੇ 'ਚ ਤੁਸੀਂ ਆਪਣੀ ਚਾਹ ਦਾ ਕੱਪ ਰੱਖ ਕੇ ਅਤੇ ਚਾਹ ਨੂੰ ਪਾ ਕੇ ਉਹਨੂੰ ਥੋੜ੍ਹਾ ਠੰਡਾ ਕਰਦੇ ਹੋ ਪੀਣ ਤੋਂ ਪਹਿਲੇ, ਰਾਈਟ? ਸੈਨੇਟ ਵਾਜ਼ ਦਾ ਪਲੇਸ ਜਿੱਥੇ ਗਰਮ ਟੋਪਿਕ ਨੂੰ ਲਾ ਕੇ ਥੋੜ੍ਹਾ ਠੰਡੇ ਦਿਮਾਗ ਨਾਲ ਸੋਚ ਕੇ ਉਹਦੇ 'ਤੇ ਐਕਟ ਕੀਤਾ ਜਾਂਦਾ ਸੀ। ਬਟ ਵੰਸ ਅਗੇਨ, ਅੱਜ ਦੀ ਡੇਟ ਵਿੱਚ ਇਹ ਨਹੀਂ ਹੋ ਰਿਹਾ। ਬਟ ਸੁਣਦੇ ਹਾਂ ਕਾਲਰਸ ਦੇ ਵਿਚਾਰ ਇਸ ਗੱਲ ਬਾਰੇ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਬੇਟਾ? ਸਭ ਠੀਕ, ਸਭ ਠੀਕ। ਕੌਣ ਬੋਲ ਰਹੇ ਹੋ? ਮੈਂ ਇੱਧਰ ਕੈਲੀਫੋਰਨੀਆ ਤੋਂ ਬੋਲਦਾ, ਹਰਜੋਤ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਜਿਹੜਾ ਇੱਕ ਤੁਸੀਂ ਕਿਹਾ ਸੀ ਆਰਟੀਕਲ 1 ਦੇ ਵਿੱਚ ਹੈਗੀ ਕਾਂਗਰਸ ਜੀ, ਰਾਈਟ? ਤੇ ਦੂਜਾ ਜਿਹੜਾ ਆਰਟੀਕਲ 2 ਉਹਦੇ ਵਿੱਚ ਪ੍ਰੈਜ਼ੀਡੈਂਟ ਆ, ਪ੍ਰੈਜ਼ੀਡੈਂਟ ਦੇ ਪਿੱਛੇ ਕੌਣ ਹੋਰ ਕਿਹਾ ਸੀ ਤੁਸੀਂ? ਤੀਜੀ ਬ੍ਰਾਂਚ ਹੈਗੀ ਜੁਡੀਸ਼ੀਅਲ ਬ੍ਰਾਂਚ, ਜੋ ਸਾਰੇ ਜੱਜਸ ਹੁੰਦੇ ਆ। ਜਿੱਦਾਂ ਹੁਣ ਇਹ ਟ੍ਰਾਇਲ ਟੇਕ ਪਲੇਸ ਕਰ ਰਹੀ ਹੈ, ਇਸ ਟ੍ਰਾਇਲ ਨੂੰ ਜੋ ਓਵਰਸੀ ਕਰ ਰਿਹਾ ਹੈ ਉਹ ਚੀਫ ਜਸਟਿਸ ਜੌਨ ਰੌਬਰਟਸ ਹੈਗੇ, ਜੋ ਸਾਡੀ ਸੁਪਰੀਮ ਕੋਰਟ ਦੇ ਮਤਲਬ ਹੈੱਡ ਹੈ ਇਸ ਟਾਈਮ ਵਿੱਚ। ਬਾਕੀ ਇੱਕ ਦੂਜਾ ਹੋਰ ਕੁਐਸਚਨ ਆ, ਵੀ ਜੇ ਫਰਜ਼ ਕੀਤਾ ਟਰੰਪ ਗਲਟੀ ਪ੍ਰੂਵ ਹੋ ਜਾਵੇ ਤਾਂ ਇਹ ਵੀਟੋ ਵੀ ਕਰ ਸਕਦਾ? ਵੀਟੋ ਤਾਂ ਨਹੀਂ ਕਰ ਸਕਦਾ ਯਾਰ। ਨਹੀਂ ਜੀ, ਜਿਹੜਾ ਜਿਹੜਾ ਚੀਫ ਜਸਟਿਸ ਹੈ ਇਸਦਾ ਇਸਦੇ ਵਿੱਚ ਕੋਈ ਰੋਲ ਨਹੀਂ ਹੈਗਾ, ਅਦਰ ਦੈਨ ਇੱਕ ਉੱਥੇ ਬੈਠੇ ਹੈ ਕੰਡਕਟ ਕਰਨ ਲਈ। ਜਿਹੜੀ ਸੈਨੇਟ ਹੈ
ਅਗਰ ਚੀਫ ਜਸਟਿਸ ਕਿਸੇ ਚੀਜ਼ ਤੇ ਕਹਿੰਦਾ ਹੈ ਕਿ ਬਈ ਆ ਚੀਜ਼ ਠੀਕ ਨਹੀਂ ਹੋਈ, ਐਦਾਂ ਹੋਣੀ ਚਾਹੀਦੀ ਹੈ, ਸੈਨੇਟ ਕੋਲ ਇਹ ਪਾਵਰ ਹੈਗੀ ਹੈ ਕਿ ਉਹ ਰੂਲ ਵੀ ਚੇਂਜ ਕਰ ਦੇ 51 ਦੀ ਮੈਜੋਰਿਟੀ ਨਾਲ, ਤੇ ਇਹ ਟੋਟਲ ਜਿਹੜੀ ਪਾਵਰ ਹੈਗੀ ਹੈ ਸੈਨੇਟ ਦੇ ਕੋਲ ਹੈਗੀ ਹੈ, ਚੀਫ ਜਸਟਿਸ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਜੀ ਥੈਂਕ ਯੂ ਸੋ ਮਚ ਤੁਹਾਡੇ ਕੁਐਸਚਨ ਲਈ। ਮੈਂ ਇਹਨੂੰ ਇੱਕ ਵਾਰੀ ਫਿਰ ਉਸ ਤਰ੍ਹਾਂ ਐਕਸਪਲੇਨ ਕਰਾਂਗੀ। ਤੁਸੀਂ ਜੂਰੀ ਡਿਊਟੀ ਤੇ ਗਏ ਹੋ, ਤੁਸੀਂ ਟ੍ਰਾਇਲ ਨੂੰ ਵੇਖਿਆ, ਟ੍ਰਾਇਲ ਵਿੱਚ ਜੋ ਜੱਜ ਬਹਿੰਦਾ ਹੈ ਉਸ ਸੀਟ 'ਤੇ, ਉਹ ਸਿਰਫ ਤਾਂ ਸਿਰਫ ਸਾਰਿਆਂ ਦੀ ਗੱਲ ਸੁਣ ਰਿਹਾ ਹੈ, ਨਾ ਕਿ ਆਪਣਾ ਡਿਸੀਜਨ ਬਣਾ ਰਿਹਾ। ਉਸ ਟ੍ਰਾਇਲ ਦੇ ਐਂਡ ਵਿੱਚ ਜੋ ਜੂਰੀ ਹੈਗੀ, ਜੋ 11 ਬੰਦੇ ਉਹ ਸਾਈਡ ਦੇ ਬਾਕਸ ਵਿੱਚ ਬਹਿ ਕੇ ਸੁਣ ਰਹੇ, ਐਵੀਡੈਂਸ ਨੂੰ ਵੇਖ ਰਹੇ, ਕੁਐਸਚਨ ਪੁੱਛ ਰਹੇ ਇੱਕ ਦੂਜੇ ਨੂੰ, ਉਹ ਡਿਸਾਈਡ ਕਰਨਗੇ ਕਿ ਗਿਲਟੀ ਹੈ ਇਹ ਬੰਦਾ ਜਾਂ ਨਹੀਂ ਗਿਲਟੀ ਹੈ, ਜਾਂ ਕਿੰਨੇ ਚਾਰਜਿਸ ਲਈ ਗਿਲਟੀ ਹੈ। ਉਹਨਾਂ ਦੇ ਡਿਸੀਜਨ ਨੂੰ ਜੱਜ ਸਿਰਫ ਰਿਲੇ ਕਰਦਾ ਹੈ। ਸਮਟਾਈਮਸ ਦ ਜੱਜ ਉਸ ਡਿਸੀਜਨ ਦੇ ਮੁਤਾਬਿਕ ਉਹ ਸੈਂਟੈਂਸਿੰਗ ਗਾਈਡਲਾਈਨਸ ਪ੍ਰੋਵਾਈਡ ਕਰਦੇ ਨੇ, ਰਾਈਟ? ਦ ਓਨਲੀ ਡਿਫਰੈਂਸ ਇਜ਼ ਕਿ ਜਿਹੜਾ ਜੂਰੀ ਹੈ, ਜੇ ਰੂਲਸ ਹਨ ਉਹ ਫਿਰ ਵੀ ਜੱਜ ਇੰਟਰਪ੍ਰੇਟ ਕਰਦਾ ਹੈ, ਇੱਥੇ ਜਿਹੜੀ ਜੂਰੀ ਹੈ ਉਹ ਰੂਲਸ ਨੂੰ ਵੀ ਚੇਂਜ ਕਰ ਦਿੰਦੀ ਹੈ। ਕਨਫਲਿਕਟ ਆਫ ਇੰਟਰਸਟ ਤਾਂ ਇੱਥੇ ਹੀ ਆ ਗਈ। ਲੈਟਸ ਹੀਅਰ ਕਾਲਰਸ ਦਾ ਕੀ ਵਿਚਾਰ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਤੁਹਾਡਾ ਨਾਂ ਤੇ ਤੁਹਾਡੀ ਲੋਕੇਸ਼ਨ ਪਲੀਜ਼। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਅਮਰੀਕ ਸਿੰਪਲ ਨੂੰ ਬੋਲਦਾ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ ਇੰਪੀਚਮੈਂਟ ਦੇ, ਇਟਸ ਵੈਰੀ ਵੈਰੀ ਇਨਫੋਰਮੇਸ਼ਨ ਨਾਲ ਤੁਸੀਂ ਐਕਸਪਲੇਨ ਕੀਤਾ। ਅਤੇ ਇੱਕ ਮੈਨੂੰ ਅਜੀਬ ਜਿਹੀ ਗੱਲ ਲੱਗੀ ਆ ਵੀ ਸੈਨੇਟ ਇਹ ਕਹਿੰਦੇ ਆ ਵੀ ਇੰਨਾ ਟਾਈਮ ਬਹੁਤ ਲੱਗੂਗਾ ਜੇ ਬੋਲਟਨ ਦੀ ਕਿਤਾਬ ਦੀ, ਬੋਲਟਨ ਨੂੰ ਐਜ਼ ਏ ਵੇਸਟਨ ਸਦੀਏ ਦੇ, ਇਟਸ ਵੈਰੀ ਸਟ੍ਰੇਂਜ, ਹੈ ਨਾ? ਓਕੇ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਆਈ ਅਗਰੀ, ਇਟ ਇਜ਼ ਵੈਰੀ ਸਟ੍ਰੇਂਜ। ਐਂਡ ਯੂ ਨੋ ਦ ਥਿੰਗ ਦੈਟ ਸਟ੍ਰਾਈਕਸ ਮੀ ਇਜ਼ ਸਭ ਤੋਂ ਔਡ ਕਿ ਯੂ ਆਰ ਟਰਾਇੰਗ ਟੂ ਸੇ ਦੈਟ ਦ ਡੈਮੋਕ੍ਰੈਟਸ, ਉਹਨਾਂ ਦੀ ਪੂਰੀ ਮੋਟੀਵੇਸ਼ਨ, ਉਹਨਾਂ ਦਾ ਪੂਰਾ ਕੰਡਕਟ ਇਸ ਟਾਈਮ ਤੱਕ ਪੋਲੀਟਿਕਲੀ ਮੋਟੀਵੇਟਡ ਸੀਗਾ, ਰਾਈਟ? ਰਿਪਬਲਿਕਨਸ ਦਾ ਆਰਗੂਮੈਂਟ ਹੈਗਾ, ਜੋ ਸਾਰੇ ਸੈਨੇਟਰਸ ਇਸ ਚੀਜ਼ ਬਾਰੇ ਕਮੈਂਟ ਕਰ ਰਹੇ ਕਿ ਇਹ ਬੜੀ ਪੋਲੀਟਿਕਲੀ ਮੋਟੀਵੇਟਡ ਟ੍ਰਾਇਲ ਹੈਗੀ, ਇੰਪੀਚਮੈਂਟ ਦੇ ਚਾਰਜਸ ਹਨ, ਬਟ ਜੋ ਇਹਨਾਂ ਦਾ ਬਿਹੇਵੀਅਰ ਰਿਸਪੋਂਸ ਵਿੱਚ ਕਿ ਉਹ ਵੀ ਪੋਲੀਟਿਕਲੀ ਮੋਟੀਵੇਟਡ ਨਹੀਂ ਹੈਗਾ। ਆਈ ਮੀਨ, ਵਟ ਇਜ਼ ਇਨ ਪੋਲੀਟਿਕਲੀ ਮੋਟੀਵੇਟਡ ਐਟ ਦਿਸ ਟਾਈਮ? ਹਾਊਸ ਵਿੱਚ ਦ ਓਨਲੀ ਯੂ ਨੋ ਆਰਗੂਮੈਂਟ ਦੇ ਹੈਡ ਵਾਸ ਕਿ ਬਈ ਪ੍ਰੋਸੈਸ ਫੋਲੋ ਨਹੀਂ ਹੋ ਰਿਹਾ, ਦੈਟ ਵਾਸ ਦ ਓਨਲੀ ਆਰਗੂਮੈਂਟ, ਦੇ ਨੈਵਰ ਵੈਂਟ ਔਨ ਮੈਰਿਟਸ। ਔਰ ਹੁਣ ਜਦ ਮੈਰਿਟਸ ਦੇ ਉੱਪਰ ਤੁਸੀਂ ਵਿਟਨੈਸਿਸ ਪੇਸ਼ ਕਰ ਸਕਦੇ ਹੋ, ਗੱਲ ਹੋਣੀ ਚਾਹੀਦੀ ਹੈ ਪ੍ਰੋਸੈਸ ਨੂੰ ਚੱਕ ਕੇ ਵਿੰਡੋ ਤੋਂ ਬਾਹਰ ਕਹਿੰਦੇ ਕਹਿੰਦੇ ਕਿ ਕੋਈ ਆਪਾਂ ਵਿਟਨੈਸ ਨਹੀਂ ਲਿਆਉਣਾ। ਐਂਡ ਐਗਜੈਕਟਲੀ ਜੋ ਹੁਣੇ ਇਨ ਭਾਈ ਸਾਹਿਬ ਨੇ ਕਿਹਾ ਕਿ ਆ ਇਜ਼ ਦੈਟ ਇਵਨ ਐਨ ਆਰਗੂਮੈਂਟ ਕਿ ਬਈ ਟਾਈਮ ਲੱਗ ਜਾਏਗਾ, ਇਸ ਕਰਕੇ ਤੁਸੀਂ ਇੰਨਾ ਵੱਡਾ, ਦ ਮੋਸਟ ਇੰਪੋਰਟੈਂਟ ਥਿੰਗ ਰਾਈਟ ਨਾਓ, ਗਵਰਨਿੰਗ ਬਾਡੀ ਜਿਨ੍ਹਾਂ ਦਾ ਕੰਮ ਹੀ ਸਿਰਫ ਗਵਰਨਮੈਂਟ ਤੇ ਗਵਰਨਮੈਂਟ ਦੇ ਲਾਜ਼ ਨੂੰ ਇਨਫੋਰਸ ਕਰਨਾ ਹੈ, ਉਹ ਕਹਿ ਰਹੀ ਹੈ ਕਿ ਸਾਡੇ ਕੋਲ ਇਸ ਗਵਰਨਮੈਂਟ ਦੇ ਲਾਜ਼ ਨੂੰ ਇਨਫੋਰਸ ਕਰਨ ਦਾ ਟਾਈਮ ਨਹੀਂ ਹੈ। ਐਜ਼ ਐਨ ਐਵਰੇਜ ਸਿਟੀਜ਼ਨ, ਇਹ ਚੀਜ਼ ਸਾਰਿਆਂ ਲਈ ਬੜੀ ਅਲਾਰਮਿੰਗ ਹੋਣੀ ਚਾਹੀਦੀ ਹੈ ਕਿ ਜੋ ਲੋਕ, ਜੋ ਤੁਹਾਡੇ ਵਾਚ ਡੋਗਸ ਹੈ ਤੁਹਾਡੀ ਸੁਸਾਇਟੀ ਦੇ, ਉਹ ਹੀ ਇੱਕ ਬਲਾਈਂਡ ਆਈ ਟਰਨ ਕਰ ਰਹੇ ਹੈ ਟੂ ਏ ਪੋਟੈਂਸ਼ੀਅਲ ਕ੍ਰਾਈਮ, ਟੂ ਪੋਟੈਂਸ਼ੀਅਲ ਟ੍ਰੀਜ਼ਨ। ਅਸ਼ਮਿਤਾ ਜੀ, ਐਂਡ ਲੈਟ ਮੀ ਕਮੈਂਟ ਦਿਸ, ਪਹਿਲੇ ਇੱਕ ਕਾਲਰ ਨੇ ਇਹ ਗੱਲ ਕਹੀ ਕਿ ਬਈ ਯੂ ਨੋ ਡੈਮੋਕਰੈਟਸ ਗੇਨ ਕਰ ਰਹੇ ਨੇ ਇਸ ਦੇ ਵਿੱਚ, ਕਿਉਂਕਿ ਅੱਗੇ ਇਲੈਕਸ਼ਨ ਹੈਗੀ ਹੈ। ਲੈਟ ਅਸ ਮੇਕ ਦਿਸ ਕਲੀਅਰ ਕਿ ਜੋ ਲੋਕ ਇਸ ਲਈ ਇਫੈਕਟ ਹੋ ਰਹੇ ਨੇ ਇਸ ਦੇ ਨਾਲ, ਦੇ ਆਰ ਦ ਡੈਮੋਕਰੈਟਸ, ਕਿਉਂਕਿ ਜੋ ਟਰੰਪ ਹੈਗੇ is a presumed nominee of the Republican party. It's the Democratic senators who are being kept away from their campaign right now, jo oh suffer kar rahe hain. And specifically when we talk about that, there is one candidate in particular, actually two, Senator Bernie Sanders and Senator Amy Klobuchar, jo dono presidently run kar rahe hain, dono nu is vele campaign trail di jagah Washington vich is trial which back ke apna pura focus us paase lana pe, when in fact they should be in Iowa. Even Elizabeth Warren. Yes, Senator Warren as well. My apologies. Even Elizabeth Warren is stuck at this trial when all of the other candidates are on the campaign trail. And the one big thing we want to talk about, age or Democratic nomination da contest hale chal raha hai, it is very close, very tight, ek din ek vote matter kar diye idich, and the fact that these senators are not able to campaign for the last week, it's very bad news for them. But ede te hor gal karange break to baad.
ਬਾਅਦ ਸਾਰਿਆਂ ਦਾ ਸਵਾਗਤ ਹੈ। ਗੱਲ ਹੋ ਰਹੀ ਹੈ ਟਰੰਪ ਇੰਪੀਚਮੈਂਟ ਦੀ ਟ੍ਰਾਇਲ ਬਾਰੇ ਤੇ ਕਾਲਰਸ ਤੋਂ ਸੁਣਦੇ ਉਹਨਾਂ ਦੇ ਵਿਚਾਰ। ਸਤਿ ਸ੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ? ਹਾਂਜੀ, ਮੈਂ ਟੋਨੀ ਔਰਕ ਬੋਲ ਰਿਹਾ। ਹਾਂਜੀ ਜੀ ਜੀ, ਤੇ ਤੁਹਾਡਾ ਕੀ ਕੁਐਸਚਨ ਤੇ ਕਮੈਂਟ ਹੈ? ਮੇਰਾ ਇਹ ਕੁਐਸਚਨ ਹੈ, ਤੁਹਾਨੂੰ ਨਹੀਂ ਲੱਗ ਰਿਹਾ ਕਿ ਜਿਹੜਾ ਟਰੰਪ ਹੈ ਇਹ ਹਿਟਲਰ ਦੀ ਰਾਹ ਤੇ ਚੱਲ ਰਿਹਾ ਹੈ? ਜੀ, ਇਹ ਤੁਹਾਡਾ ਕੁਐਸਚਨ ਬੜਾ ਜਾਇਜ਼ ਹੈ ਐਂਡ ਸਾਡੀ ਇਹੀ ਡਿਸਕਸ਼ਨ ਹੋ ਰਹੀ ਸੀ ਦੈਟ ਜੋ ਟਰੰਪ ਦੇ ਲੋਇਰਸ ਹੈ ਉਹਦੇ ਡਿਫੈਂਸ ਦੀ ਟੀਮ ਇਹ ਕਹਿ ਰਹੀ ਹੈ ਕਿ ਉਹਦੇ ਸਾਰੇ ਐਕਸ਼ਨ ਜਾਇਜ਼ ਹੈ, ਉਹ ਬੰਦੇ ਹੈ, ਉਹਦੀ ਜੋ ਪੋਜੀਸ਼ਨ ਹੈਗੀ ਪਾਵਰ ਦੀ ਉਹਦੇ 'ਚ ਉਹ ਕੁਛ ਵੀ ਕਰ ਸਕਦਾ। ਉਹਨਾਂ ਦਾ ਆਰਗੂਮੈਂਟ ਹੀ ਇਹ ਹੈਗਾ ਐਂਡ ਸਾਡੀ ਇਹ ਗੱਲ ਹੋ ਰਹੀ ਸੀ ਦੈਟ ਇਫ ਦੈਟ ਇਜ਼ ਦ ਕੇਸ ਦੈਨ ਟਰੰਪ ਇਜ਼ ਅ ਡਿਕਟੇਟਰ ਔਰ ਅ ਮਾਨਾਰਕ, ਜਿੱਦਾਂ ਉਹ ਤਾਂ ਜਿੱਦਾਂ ਕਿੰਗ ਵਾਂਗੂ ਉਹਨੂੰ ਦਰਜਾ ਦਿੱਤਾ। ਦੇਖੋ, ਇੱਕ ਬੜੀ ਇੱਕ ਹੈਰਾਨ ਕਰਨ ਵਾਲਾ ਆਰਗੂਮੈਂਟ ਫਰੋਮ ਸੰਬਡੀ ਲਾਈਕ ਐਲਨ ਡਰਸ਼ੋਵਿਚ ਇਜ਼ ਵਨ ਆਫ ਦ ਲੀਡਿੰਗ ਲੋਇਰਸ ਇਨ ਦਿਸ ਕੰਟਰੀ। ਉਹ ਕਹਿੰਦਾ ਕਿ ਅਗਰ ਪ੍ਰੈਜ਼ੀਡੈਂਟ ਕੋਈ ਫੈਸਲਾ ਲੈਂਦਾ ਹੈ, ਈਵਨ ਇਫ ਇਟ ਬੈਨੀਫਿਟਸ ਹਿਮ ਪਰਸਨਲੀ, ਬਟ ਉਹ ਇਸ ਲਈ ਕਰਦਾ ਕਿਉਂਕਿ ਉਹ ਉਸਦਾ ਪਰਸਨ ਜਿਹੜਾ ਦੈਟਸ ਫੋਰ ਦ ਬੈਟਰਮੈਂਟ ਆਫ ਦ ਕੰਟਰੀ ਐਂਡ ਹੀ ਡਿਸਾਈਡਸ ਦੈਟ ਇਟਸ ਓਕੇ ਟੂ ਡੂ ਦੈਟ। ਰਿਪਬਲਿਕਨ ਸੈਨੇਟਰ ਜੋ ਇਸ ਟ੍ਰਾਇਲ ਦਾ ਹਿੱਸਾ ਬਣੀ ਹੋਈ ਹੈ ਉਹਨੇ CNN ਤੇ ਇੱਕ ਇੰਟਰਵਿਊ ਦਿੱਤਾ ਐਂਡ ਉਹਨੇ ਇਹ ਚੀਜ਼ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ। ਕਹਿੰਦੀ ਜਦੋਂ ਓਬਾਮਾ ਨੇ ਓਬਾਮਾ ਕੇਅਰ ਪਾਸ ਕੀਤੀ ਸੀ ਉਹਨੇ ਤਾਂ ਕਾਫੀ ਚੀਜ਼ਾਂ ਇਸ ਤਰ੍ਹਾਂ ਦੀ ਕੀਤੀਆਂ ਦੈਟ ਸਾਨੂੰ ਵੀ ਟ੍ਰਾਈ ਤੇ ਉਹਨੂੰ ਇੰਪੀਚ ਕਰਨ ਦੀ ਕੋਸ਼ਿਸ਼ ਕਰਨੀ ਸੀ, ਬਟ ਆਪਾਂ ਤਾਂ ਉਹ ਨਹੀਂ ਕੀਤਾ ਤੇ ਟਰੰਪ ਵੀ ਤਾਂ ਉਹੀ ਕਰ ਰਿਹਾ। ਤੇ ਜੋ CNN ਦੀ ਐਂਕਰ ਇਹਨੂੰ ਇੰਟਰਵਿਊ ਕਰ ਰਹੀ ਸੀ ਉਹ ਕਹਿੰਦੀ ਯੈਸ, ਬਟ ਓਬਾਮਾ ਨੇ ਜਦੋਂ ਓਬਾਮਾ ਕੇਅਰ ਹੈਲਥ ਕੇਅਰ ਦਾ ਲਾਅ ਪਾਸ ਕੀਤਾ ਜਿਹਦੇ ਨਾਲ ਪੂਰੇ ਕੰਟਰੀ ਨੂੰ ਹੈਲਥ ਕੇਅਰ ਦੀ ਕਵਰੇਜ ਮਿਲਣ ਦਾ ਆਪਸ਼ਨ ਦਿੱਤਾ ਗਿਆ, ਉਹਨੂੰ ਕੋਈ ਪਰਸਨਲ ਗੇਨ ਤਾਂ ਨਹੀਂ ਹੋਇਆ ਨਾ, ਵਰਸਿਸ ਜੋ ਐਕਸ਼ਨਸ ਟਰੰਪ ਨੇ ਲਿੱਤੇ ਜਿਹਦੇ ਕਰਕੇ ਉਹਨੂੰ ਇੰਪੀਚਮੈਂਟ ਦੀ ਟ੍ਰਾਇਲ ਵਿੱਚ ਡਰੈਗ ਕੀਤਾ ਗਿਆ, ਦੋਜ਼ ਐਕਸ਼ਨਸ ਪਰਸਨਲੀ ਬੈਨੀਫਿਟ ਹਿਮ, ਉਹਦੀ ਰੀਇਲੈਕਸ਼ਨ ਲਈ ਉਹ ਐਕਸ਼ਨਸ ਉਹਨੇ ਚੁੱਕੇ। ਸੋ ਅਗਰ ਇਨ ਐਕਸ਼ਨਸ ਦਾ ਕੋਈ ਕੰਸੀਕੁਐਂਸ ਨਹੀਂ ਹੋਏਗਾ ਦੈਟ ਮੀਨਸ ਵੀ ਆਰ ਸੇਇੰਗ ਦੈਟ ਦੈਟਸ ਓਕੇ। ਐਂਡ ਯੂ ਨੋ ਦ ਵਰਸਟ ਥਿੰਗ ਇਜ਼ ਦ ਵਰਸਟ ਪਾਰਟ ਆਫ ਦਿਸ ਇਜ਼ ਇਵਨ ਇਫ ਦੇਰ ਦੇ ਹੈਵ ਆਰਗੂਮੈਂਟ ਰਾਈਟ, ਓਬਾਮਾ ਵਿੱਚ ਕਈ ਐਸੇ ਇਸ਼ੂਜ਼ ਆਏ ਜਿਸ ਤਰ੍ਹਾਂ ਫਾਸਟ ਐਂਡ ਫਿਊਰੀ ਇੱਕ ਇਸ਼ੂ ਸੀਗਾ ਰਾਈਟ, ਜਿਸ ਦੇ ਵਿੱਚ ਐਗਜ਼ੀਕਿਊਟਿਵ ਪ੍ਰਿਵਿਲੇਜ ਕਲੇਮ ਕੀਤੀ ਗਈ, ਯੂ ਨੋ ਦ ਰੂਲ ਆਫ ਲਾਅ ਵਾਸ ਫੋਲੋਡ, ਦ ਪ੍ਰੋਸੈਸਿਸ ਵਰ ਫੋਲੋਡ, ਇਹਨਾਂ ਨੇ ਬਲੈਂਕਿਟ ਦੇ ਰਿਫਿਊਜ਼ ਟੂ ਕੋਪਰੇਟ, ਦੇ ਰਿਫਿਊਜ਼ ਟੂ ਡੂ ਐਨੀਥਿੰਗ। ਇਹਨਾਂ ਨੇ ਹਾਲੇ ਤੱਕ ਕਿਸੇ ਵੀ ਸਟੇਜ 'ਤੇ ਐਗਜ਼ੀਕਿਊਟਿਵ ਪ੍ਰਿਵਿਲੇਜ ਜਿਹੜੀ ਹੈ ਕਲੇਮ ਨਹੀਂ ਕੀਤੀ ਹਾਊਸ ਦੇ ਅੱਗੇ, ਦੇ ਰਿਫਿਊਜ਼ ਟੂ ਪ੍ਰੋਡਿਊਸ ਵਿਟਨੈਸਿਸ, ਦੇ ਰਿਫਿਊਜ਼ ਟੂ ਗਿਵ ਡਾਕੂਮੈਂਟਸ, ਦੈਟ ਡਸ ਨਾਟ ਬੋਡ ਵੈਲ। ਦੈਟ ਇਜ਼ ਦ ਕੁਐਸਚਨ ਦੈਟ ਆਈ ਹੈਵ ਫਾਰ ਆਲ ਆਫ ਦ ਵਿਊਅਰਸ। ਤੁਸੀਂ ਅਗਰ ਇਸ ਪ੍ਰੈਜ਼ੀਡੈਂਟ ਨੂੰ ਸਪੋਰਟ ਕਰਦੇ ਹੋ, ਭਾਵੇਂ ਤੁਸੀਂ ਰਿਪਬਲਿਕਨ ਪਾਰਟੀ ਨੂੰ ਸਪੋਰਟ ਕਰਦੇ ਹੋ, ਪਲੀਜ਼ ਸਾਨੂੰ ਦੱਸੋ ਤੁਹਾਡਾ ਕੀ ਓਪੀਨੀਅਨ ਹੈ ਇਸ ਇੰਪੀਚਮੈਂਟ ਦੇ ਇਸ ਪੋਰਸ਼ਨ ਬਾਰੇ। ਇਹ ਜੋ ਟ੍ਰਾਇਲ ਵਿੱਚ ਹੁਣ ਪਿਛਲੇ 2-3 ਦਿਨਾਂ ਤੋਂ ਇਹ ਚੀਜ਼ ਸਰਫੇਸ ਹੋਈ ਹੈ ਕਿ ਐਵੀਡੈਂਸ ਤੇ ਵਿਟਨੈਸਿਸ ਨੂੰ ਨਹੀਂ ਉਹ ਅਲਾਓ ਕਰਨਗੇ, ਰਿਪਬਲਿਕਨ ਸਾਈਡ ਵੋਟਸ ਨਹੀਂ ਪਾਣਗੇ, ਉਹ ਤੁਹਾਡਾ ਕੀ ਓਪੀਨੀਅਨ ਹੈ ਉਹਦੇ ਬਾਰੇ? ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਤੁਹਾਡਾ ਕੀ ਕੁਐਸਚਨ ਜਾਂ ਕਮੈਂਟ ਇਸ ਗੱਲ ਦੇ ਬਾਰੇ? ਕਮੈਂਟ ਇਹ ਹੈ ਜੀ, ਤੁਹਾਡੇ ਆਪਾਂ ਗੱਲ ਕਰ ਰਹੇ ਸੀ ਵੀ ਜਿਹੜੇ ਸੈਨੇਟਰ ਆਪਣੇ ਇਸ ਟਾਈਮ ਕੈਂਪੇਨ ਨਹੀਂ ਕਰ ਰਹੇ ਜੀ, ਉਹ ਇਹ ਹੈ ਕਿ ਵੀ ਆਪਣੇ ਜੀ ਕਿ ਇਹੀ ਤਾਂ ਆਪਣੀ ਜਿਹੜੀ ਹੈਗੀ ਆ DNC ਦੀ ਕਰਪਸ਼ਨ ਐਕਸਪੋਜ਼ ਹੋ ਰਹੀ ਹੈ ਕਿ ਉਹਨਾਂ ਨੇ 30 ਦੇ ਆਪਣੇ ਹੋਲਡ ਕਰਕੇ ਰੱਖੇ ਕਿ ਦੇ ਵਾਂਟ ਗੋ ਕਲੋਜ਼ ਟੂ ਆਇਓਵਾ ਕਾਕਸ, ਕਿ ਜਿਹੜੇ ਸੈਨੇਟਰ ਆ ਉਹ ਨਾ ਆਪਣੇ ਕਰ ਸਕਣ, ਤੇ ਉਹ ਜੋ ਬਾਈਡਨ ਨੂੰ ਕਰ ਰਹੇ ਹੈ ਜੀ। ਆਈ ਥਿੰਕ ਦਿਸ ਇਜ਼ ਅ ਵੈਰੀ ਇੰਟਰਸਟਿੰਗ ਕਮੈਂਟ ਬਾਈ ਦ ਵਿਊਅਰ। ਯੂ ਨੋ, ਪਹਿਲੇ ਵੀ ਡੈਮੋਕ੍ਰੈਟਿਕ ਪਾਰਟੀ ਨੂੰ ਅਕਿਊਜ਼ ਕੀਤਾ ਗਿਆ ਸੀ 2016 ਵਿੱਚ ਕਿ ਉਹਨਾਂ ਨੇ ਬਰਨੀ ਸੈਂਡਰਸ ਨੂੰ ਜਾਣ ਕੇ ਨੋਮੀਨੇਸ਼ਨ ਨਹੀਂ ਲੈਣ ਦਿੱਤੀ, ਦੈਟ ਹਿਲਰੀ ਨੂੰ ਅਨਫੇਅਰ ਐਡਵਾਂਟੇਜ ਕਰਕੇ ਨੋਮੀਨੇਸ਼ਨ ਦਿੱਤੀ ਗਈ ਬਿਕੋਜ਼ DNC ਵਿੱਚ ਕਰਪਸ਼ਨ ਦੇ ਐਲੀਗੇਸ਼ਨਸ ਲਾਏ ਗਏ ਸੀ ਉਸ ਟਾਈਮ। ਬਟ ਇਸ ਟਾਈਮ ਆਇਓਵਾ ਕੌਕਸ ਦੀ ਗੱਲ ਆਪਾਂ ਕਰ ਰਹੇ ਸੀ ਰਾਈਟ, ਜੋ ਸਾਡੀ ਆਡੀਅੰਸ ਹੈ ਜਿਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਹੋਏ, ਜੋ ਕੌਕਸਿਸ ਹੈਗੇ ਉਹਦੇ ਬਾਰੇ ਥੋੜ੍ਹੀ ਜਿਹੀ ਐਕਸਪਲੇਨੇਸ਼ਨ ਆਪਾਂ ਦਿੰਦੇ ਹਾਂ। ਇਟਸ ਨਾਟ ਅ ਸਿੰਪਲ ਸਿਸਟਮ ਰਾਈਟ, ਬਟ ਇਟਸ ਦ ਫਰਸਟ ਸਟੈਪ ਦੈਟ ਲੀਡਸ ਇਨ ਟੂ ਹੂ ਦ ਪਾਰਟੀ ਚੂਜ਼ਿਸ ਐਸ ਦੇਅਰ ਨਾਮੀਨੇਸ਼ਨ ਫੋਰ ਪ੍ਰੈਜ਼ੀਡੈਂਟ ਰਾਈਟ। ਸੋ ਹਾਊ ਡਜ਼ ਇਟ ਸਟਾਰਟ? ਅਸ਼ਮਿਤਾ ਜੀ, ਬਟ ਬਿਫੋਰ ਗੋ ਟੂ ਦੈਟ, ਮੈਂ ਕੁਇਕਲੀ ਇਹਨਾਂ ਦਾ ਇਹ ਜਵਾਬ ਦੇਣਾ ਚਾਹਾਂਗਾ ਕਿ ਇਹ ਜਿਹੜਾ ਹੋਲਡ ਕੀਤਾ ਕੋਈ 30 ਡੇਜ਼ ਲਈ ਨਹੀਂ ਕੀਤਾ, 6 ਡੇਜ਼ ਲਈ ਕੀਤਾ ਸੀਗਾ, ਔਰ ਉਹ ਵੀ ਇਹ ਨੈਗੋਸੀਏਸ਼ਨ ਉਸਦੇ ਚੱਲਦੀ ਪਈ ਸੀ ਕਿ ਕਿਆ ਵਿਟਨੈਸਿਸ ਸਾਹਮਣੇ ਆਉਣ ਦਿਆਂਗੇ, ਦੈਟ ਇਜ਼ ਵਟ ਦ ਹੋਲਡ ਵਾਜ਼ ਅਬਾਊਟ। ਬਟ ਟਾਕਿੰਗ ਅਬਾਊਟ ਦ ਕੌਕਸਿਸ, ਸੀ ਜਿਹੜਾ ਪ੍ਰੋਸੈਸ ਹੈਗਾ ਨੋਮੀਨੇਸ਼ਨ ਦਾ US ਵਿੱਚ,
ਇਸ ਦੇ ਵਿੱਚ ਬਿਫੋਰ ਅ ਪਾਰਟੀ ਨੋਮੀਨੇਟਸ ਅ ਕੈਂਡੀਡੇਟ ਫੋਰ ਦ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੋ ਪ੍ਰੋਸੈਸਸ ਹੁੰਦੇ ਨੇ ਜਿਸ ਦੇ ਵਿੱਚ ਹਰ ਸਟੇਟ ਆਪਣੀ ਡੈਲੀਗੇਟਸ ਹੁੰਦੇ ਉਹਨਾਂ ਨੂੰ ਕਿਸੇ ਇੱਕ ਬੰਦੇ ਨੂੰ ਰਿਪ੍ਰੈਜ਼ੈਂਟ ਕਰਦੀ ਹੈ ਦੋ ਤਰੀਕੇ ਹੈਗੇ ਇੱਕ ਹੁੰਦੀ ਹੈ ਕੌਕਸ ਇੱਕ ਹੁੰਦੀ ਹੈ ਪ੍ਰਾਇਮਰੀ ਰਾਈਟ ਜਿਹੜੀ ਪ੍ਰਾਇਮਰੀ ਹੁੰਦੀ ਹੈ ਤੁਸੀਂ ਜਾ ਕੇ ਆਪਣਾ ਬੈਲਟ ਵੋਟ ਪਾ ਕੇ ਆ ਜਾਂਦੇ ਹੋ ਦੈਟਸ ਪ੍ਰਾਇਮਰੀ ਜਿਹੜੀ ਹੁੰਦੀ ਹੈ ਉਸ ਦੇ ਵੋਟ ਹੁੰਦੀ ਹੈ ਦੋ ਕਿਸਮ ਦੀ ਪ੍ਰਾਇਮਰੀਜ਼ ਹੁੰਦੀਆਂ ਇੱਕ ਓਪਨ ਪ੍ਰਾਇਮਰੀ ਹੁੰਦੀ ਹੈ ਕਲੋਜ਼ ਪ੍ਰਾਇਮਰੀ ਹੁੰਦੀ ਹੈ ਓਪਨ ਪ੍ਰਾਇਮਰੀ ਵਿੱਚ ਹਰ ਬੰਦਾ ਜਾ ਕੇ ਕਿਸੇ ਵੀ ਪਾਰਟੀ ਨਾਲ ਉਹ ਰਜਿਸਟਰਡ ਹੋਏ ਵੋਟ ਕਰ ਸਕਦਾ ਹੈ ਜਿਹੜਾ ਕਲੋਜ਼ ਪ੍ਰਾਇਮਰੀ ਹੈ ਉਹ ਉਸ ਪਾਰਟੀ ਦਾ ਜਿਹੜਾ ਬੰਦਾ ਰਜਿਸਟਰਡ ਹੈ ਉਹ ਕਰਦਾ ਇੱਕ ਹੁੰਦਾ ਕੌਕਸ ਜਿਸ ਤਰ੍ਹਾਂ ਆਇਓਵਾ ਵਿੱਚ ਹੈ ਇਹ ਇੱਕ ਸੀਕ੍ਰੇਟ ਬੈਲਟ ਨਹੀਂ ਹੁੰਦਾ ਇਸ ਦੇ ਵਿੱਚ ਕੀ ਹੁੰਦਾ ਇਟਸ ਓਪਨ ਸਾਰੇ ਜਾ ਕੇ ਇਕੱਠੇ ਹੋ ਜਾਂਦੇ ਦੇ ਵੁੱਡ ਹੈਵ ਚੋਜ਼ਨ ਲਾਈਕ 1500 ਲੋਕੇਸ਼ਨਸ ਜਿਹਦੇ ਵਿੱਚ ਗਰੁੱਪ ਬਣ ਜਾਂਦਾ ਹੈ ਐਂਡ ਦੈਨ ਦੇ ਰੇਜ਼ ਅ ਹੈਂਡ ਬਿਗ ਨੇਬਰਹੁੱਡ ਤੁਸੀਂ ਮੇਲਾ ਹੀ ਕਹਿ ਲਓ ਉਸ ਮੇਲੇ ਵਿੱਚ ਐਂਡ ਆਫ ਦ ਮੀਟਿੰਗ ਜੋ ਇਹਨਾਂ ਦੀ ਹੁੰਦੀ ਹੈ ਉਹ ਚੂਜ਼ ਕਰਦੇ ਇਹ ਸਾਡੇ ਡੈਲੀਗੇਟਸ ਹੈਗੇ ਉਸ ਕੌਕਸ ਦੇ ਚੋਜ਼ਨ ਜੋ ਡੈਲੀਗੇਟਸ ਹੁੰਦੇ ਹੈ ਬੰਦੇ ਉਹ ਫਿਰ ਜਾ ਕੇ ਕਨਵੈਨਸ਼ਨ ਵਿੱਚ ਪਾਰਟਿਸਿਪੇਟ ਕਰਦੇ ਹੈ ਹਾਂਜੀ ਹਰ ਜੋ ਪ੍ਰਾਇਮਰੀ ਵਿਨਰ ਹੁੰਦਾ ਇਸਦੇ ਦੋ ਤਰੀਕੇ ਹੈਗੇ ਐਸ ਵੀ ਡਿਸਕਸ ਜਾਂ ਪ੍ਰਾਇਮਰੀਜ਼ ਜਾਂ ਕੌਕਸਿਸ ਜੋ ਫਿਰ ਉਸ ਨੂੰ ਜਿੱਤਦੇ ਜਾਂ ਕੌਕਸ ਜਿੱਤਦੇ ਜਾਂ ਪ੍ਰਾਇਮਰੀ ਜਿੱਤਦੇ ਅਤੇ ਉਹਨਾਂ ਦੇ ਜਿਹੜੇ ਉਹ ਡੈਲੀਗੇਟਸ ਹੁੰਦੇ ਨੇ ਜਿਸ ਤਰ੍ਹਾਂ ਆਇਓਵਾ ਵਿੱਚ ਆਈ ਥਿੰਕ 47 ਡੈਲੀਗੇਟਸ ਐਂਡ 41 ਆਰ ਲਾਈਕ ਓਪਨ ਅਤੇ ਉਹ ਕੀ ਹੁੰਦਾ ਫਿਰ ਜਦ ਕਨਵੈਨਸ਼ਨ ਵਿੱਚ ਜਿਸ ਡੀ ਐਨ ਸੀ ਦੀ ਕਨਵੈਨਸ਼ਨ ਹੋਏਗੀ ਵਿਸਕੌਨਸਿਨ ਵਿੱਚ ਜੁਲਾਈ ਵਿੱਚ ਉਹ ਉੱਥੇ ਜਾ ਕੇ ਉਹ ਕਹਿੰਦੇ ਕਿ ਇਹ ਜਿਹੜੀ 47 ਵੋਟਸ ਹੈਗੀਆਂ ਇਹ ਸਾਰੀ ਦੀ ਸਾਰੀ ਇਸ ਕੈਂਡੀਡੇਟ ਨੂੰ ਮਿਲਣ ਅਤੇ ਫਿਰ ਉਹ ਜਿਹੜੀ ਸਾਰੀ ਜਦ ਟੋਟਲ ਐਡ ਕੀਤੀ ਜਾਂਦੀਆਂ ਜਿਸ ਕੈਂਡੀਡੇਟ ਦੇ ਸਭ ਤੋਂ ਜ਼ਿਆਦਾ ਡੈਲੀਗੇਟਸ ਹੋਣ ਉਹ ਫਿਰ ਨੋਮੀਨੀ ਹੁੰਦਾ ਨੋਮੀਨੀ ਬਟ ਮੈਂ ਆਡੀਅੰਸ ਨੂੰ ਇਹ ਜ਼ਰੂਰ ਦੱਸਣਾ ਚਾਹਾਂਗੀ ਕਿ ਜੋ ਆਇਓਵਾ ਦਾ ਕੌਕਸ ਹੈ ਉਹ ਇੰਨਾ ਇੰਪੋਰਟੈਂਟ ਕਿਉਂ ਹੈਗਾ ਇਟ ਇਜ਼ ਦ ਫਰਸਟ ਕੌਕਸ ਅਗਲੇ ਮੰਡੇ ਸ਼ੁਰੂ ਹੋ ਰਿਹਾ ਆਇਓਵਾ ਦਾ ਕੌਕਸ ਤੁਸੀਂ ਨਿਊਜ਼ ਵਿੱਚ ਜ਼ਰੂਰ ਇਹਦੀ ਚੀਜ਼ ਸੁਣੋਗੇ ਐਂਡ ਅਗਰ ਨਹੀਂ ਸੁਣ ਰਹੇ ਕੋਸ਼ਿਸ਼ ਕਰੋ ਤਾਂ ਇਹਦੇ ਬਾਰੇ ਸੁਣ ਕੇ ਜਾਣਕਾਰੀ ਪਾਓ ਬਿਕੋਜ਼ ਜੋ ਆਇਓਵਾ ਦਾ ਕੌਕਸ ਹੈ ਦੈਟ ਇਜ਼ ਅ ਬਿਗ ਬਿਗ ਇੰਡੀਕੇਟਰ ਕਿ ਕੌਣ ਡੈਮੋਕ੍ਰੈਟਿਕ ਪਾਰਟੀ ਜਾਂ ਰਿਪਬਲਿਕਨ ਪਾਰਟੀ ਚੂਜ਼ ਕਰੇਗੀ ਆਪਣੇ ਨੋਮੀਨੀ ਲਈ ਰਾਈਟ ਫੋਰ ਐਗਜ਼ਾਮਪਲ ਜੋ ਪਿਛਲੇ 9 ਕੌਕਸ ਦੀ ਨੋਮੀਨੇਸ਼ਨਸ ਹੋਈਆਂ ਹਨ ਉਹਦੇ ਵਿੱਚੋਂ 7 ਕਰੈਕਟ ਸੀਗੀ ਸੋ ਤੁਸੀਂ ਇਹ ਦੇਖ ਲਓ ਪਿਛਲੇ 9 ਟਾਈਮਸ ਆਊਟ ਆਫ ਦ ਲਾਸਟ 9 ਟਾਈਮਸ 7 ਟਾਈਮਸ ਆਇਓਵਾ ਕਰੈਕਟਲੀ ਪ੍ਰੈਡਿਕਟਡ ਕੌਣ ਨੋਮੀਨੇਸ਼ਨ ਨੂੰ ਵਿਨ ਕਰੇਗਾ ਦੈਟ ਇਨਕਲੂਡਿਡ ਹਿਲਰੀ ਐਂਡ ਓਬਾਮਾ ਸੋ ਨਾਟ ਓਨਲੀ ਦੈਟ ਵੰਸ ਅਗੇਨ ਜਿੱਦਾਂ ਆਪਾਂ ਪਹਿਲੇ ਵੀ ਕਿਹਾ ਟਰੰਪ ਆਲਰੇਡੀ ਆਇਓਵਾ ਪਹੁੰਚ ਚੁੱਕਿਆ ਈਵਨ ਦੋ ਹੀ ਇਜ਼ ਦ ਵਨ ਔਨ ਟ੍ਰਾਇਲ ਹੀ ਇਜ਼ ਇਨ ਆਇਓਵਾ ਡੂਇੰਗ ਕੈਂਪੇਨਿੰਗ ਐਟ ਅ ਰੈਲੀ and just some numbers for people to understand ki ek kinni vaddi level di event ho rahi hai starting from next Monday in Iowa already jo Democratic Party de candidates hage unhanne $50 million sirf ta sirf Iowa vich ads te kharch kita already that's 50 million dollars sirf ta sirf ek state the advertising which kharch hoya pehli state hai that's the first caucus so it defines it builds momentum and it's such a big jada kehlo like indicator ke kaun jitega kaun next round which pass karuga but anyways we stop here for a break tusi bhi jude raho gal is tarah hi jari rahegi ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਗੱਲ ਹੋ ਰਹੀ ਹੈ ਜਾਣੋ ਟਰੰਪ ਦੀ ਇੰਪੀਚਮੈਂਟ ਟ੍ਰਾਇਲ ਬਾਰੇ ਅਤੇ ਜਿੱਦਾਂ ਤੁਹਾਨੂੰ ਵਾਅਦਾ ਕੀਤਾ ਸੀ ਸਾਲ ਦੇ ਸ਼ੁਰੂਆਤ ਵਿੱਚ ਕਿ ਹਰ ਥਰਸਡੇ ਆਪਾਂ ਗੱਲ ਕਰਾਂਗੇ ਅਮੈਰੀਕਨ ਪੋਲੀਟਿਕਸ ਦੀ ਅਤੇ ਜੋ ਇੱਥੇ ਦਾ ਸਿਸਟਮ ਹੈ ਉਹਦੇ 'ਚ ਕੀ ਚੀਜ਼ਾਂ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਇਸੇ 'ਤੇ ਗੱਲ ਹੋ ਰਹੀ ਹੈ ਹਰਜੋਤ ਮੇਰੇ ਨਾਲ ਇਸ ਚੀਜ਼ ਨਾਲ ਡਿਸਕਸ ਕਰ ਰਹੇ ਅਤੇ ਕਾਲਰਸ ਵੀ ਜੁੜ ਚੁੱਕੇ ਸੁਣਦੇ ਉਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੋ ਤੁਹਾਡਾ ਕੀ ਕੁਐਸਚਨ ਹੈ ਕੁਐਸਚਨ ਇਹ ਹੈ ਜੀ ਵੀ ਮੈਂ ਪੁੱਛਣਾ ਚਾਹੁੰਦਾ ਸੀ ਵੀ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਤੇ ਡੈਮੋਕ੍ਰੇਟ ਦੀ ਮੈਜੋਰਿਟੀ ਹੈ ਨਾ ਤੇ ਸੈਨੇਟ ਵਿੱਚ ਇਹਦੀ ਮੈਜੋਰਿਟੀ ਸੈਨੇਟ ਵਿੱਚ ਇਸ ਟਾਈਮ ਰਿਪਬਲਿਕਨਸ ਦੀ ਮੈਜੋਰਿਟੀ ਹੈਗੀ ਐਂਡ ਜੋ ਟ੍ਰਾਇਲ ਹੈ ਉਹ ਵੀ ਸੈਨੇਟ ਵਿੱਚ ਹੋ ਰਹੀ ਹੈ ਤੇ ਰਿਪਬਲਿਕਨਸ ਉਹ ਵੋਟ ਪਾ ਸਕਦੇ ਕਿ ਟ੍ਰਾਇਲ ਵਿੱਚ ਕੀ ਚਾਹੇ ਉਹ ਐਵੀਡੈਂਸ ਹੋਏ ਚਾਹੇ ਵਿਟਨੈਸਿਸ ਹੋਣ ਉਹਨਾਂ ਨੂੰ ਤੁਸੀਂ ਬੁਲਾ ਸਕਦੇ ਹੋ ਜਾਂ ਨਹੀਂ ਬੁਲਾ ਸਕਦੇ ਇਹ ਰਿਪਬਲਿਕਨ ਕੰਟਰੋਲਡ ਹੈਗੀ ਤੇ ਉਹਨਾਂ ਦੀ ਹੀ ਡਿਸੀਜਨਸ ਇਸ ਟ੍ਰਾਇਲ ਨੂੰ ਅੱਗੇ ਹੁਣ ਲੈ ਕੇ ਜਾ ਰਹੇ ਥੈਂਕ ਯੂ ਸੋ ਮੱਚ ਤੁਹਾਡੀ ਕਾਲ ਲਈ ਹੈਲੋ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੋ ਤੁਹਾਡਾ ਕੁਐਸਚਨ ਸਤਿ ਸ਼੍ਰੀ ਅਕਾਲ ਅਸ਼ਮੀਤਾ ਜੀ ਤੇ ਆਪਣੇ ਵਕੀਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਜੋ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਗੱਲ ਇਹ ਹੈ ਵੀ ਜਿੱਦਣ ਆਏ ਸੀਗੇ ਅਸ਼ਮੀਤਾ ਜੀ ਤੇ ਹਰਕੀਰਤ ਸਿੰਘ ਜੀ ਪਹਿਲੇ ਦਿਨ ਇਹਨਾਂ ਨੇ ਵਾਅਦਾ ਕੀਤਾ ਸੀ ਸਾਰਿਆਂ ਨਾਲ ਕਿ ਅਸੀਂ ਨਵੇਂ ਨਵੇਂ ਵਿਸ਼ੇ ਲਿਆਵਾਂਗੇ ਔਰ ਬੱਚਿਆਂ ਦੇ ਬਾਰੇ ਵੀ ਟੌਪਿਕ ਲਿਆ ਕਰਾਂਗੇ ਕਿ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨ 'ਚ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ
ਤੇ ਬਾਕੀ ਅੱਜ ਮੈਨੂੰ ਇਹ ਬਹੁਤ ਖੁਸ਼ੀ ਹੋਈ ਸੁਣ ਕੇ ਕਿ ਤੁਸੀਂ ਪੋਲਿਟਿਕਸ ਜਿਹੜੀ ਅਮਰੀਕਾ ਦੀ ਹੈ ਜਿਹੜੀ ਹੁਣ ਲੋੜ ਹੈ ਸਾਨੂੰ, ਸਾਡੇ ਬੱਚੇ ਇੱਥੇ ਪੈਦਾ ਹੋ ਰਹੇ ਆ, ਇੱਥੇ ਜਨਰੇਸ਼ਨ ਇੱਥੇ ਜ਼ਿਆਦਾ ਵੱਧ ਭੁੱਲੀ ਆ। ਅਸੀਂ ਪੰਜਾਬ ਦੀਆਂ ਗੱਲਾਂ ਠੀਕ ਆ ਕਰਦੇ ਹਾਂ, ਬਹੁਤ ਕਰ ਲਈਆਂ, ਜ਼ਿਆਦਾ ਅਸੀਂ ਇੱਥੇ ਦੀ ਪੋਲਿਟਿਕਸ ਦੀਆਂ ਕਰਾਂਗੇ ਤਾਂ ਸਾਡੇ ਵਰਗੇ ਮਹਾਤੜਾਂ ਦੇ ਵੀ ਸਮਝ 'ਚ ਥੋੜ੍ਹਾ ਥੋੜ੍ਹਾ ਆਉਣ ਲੱਗ ਗਿਆ ਇੱਥੇ ਦਾ, ਸਾਨੂੰ ਕੋਈ ਐਡੀ ਨੌਲੇਜ ਨਹੀਂ ਹੈ ਇੱਥੇ ਦੀ ਬਾਰੇ। ਉਹਦਾ ਕਾਰਨ ਹੀ ਇਹ ਹੈ ਕਿ ਕੋਈ ਇੱਦਾਂ ਦੇ ਪ੍ਰੋਗਰਾਮ ਆਉਂਦੇ ਹੀ ਨਹੀਂ ਕਿ ਜਿਹਦੇ ਬਾਰੇ ਸਾਨੂੰ ਅੱਜ ਮੈਨੂੰ ਅੱਜ ਬਹੁਤ ਨੌਲੇਜ ਹੋਈ ਆ, ਔਰ ਅਜੇ ਮੈਂ ਇਹਦੇ ਉੱਤੇ ਬੋਲਣ ਦੇ ਕਾਮਯਾਬ ਨਹੀਂ ਹੋਇਆ, ਹੌਲੀ ਹੌਲੀ ਸ਼ਹਿਰ ਹੋ ਜਾਂਗਾ, ਕਿਉਂਕਿ ਇਹਦੀ ਪੋਲਿਟਿਕਸ ਅਮਰੀਕਾ ਦੀ ਸਮਝ ਆਉਣੀ ਹੁਣ ਸ਼ੁਰੂ ਹੋਈ ਆ। ਜੇ ਪਹਿਲਾ ਦਿਨ ਮੈਂ ਸੁਣਿਆ ਤੁਹਾਨੂੰ ਇਹ ਇੱਥੇ ਦੀ ਪੋਲਿਟਿਕਸ ਕਿੱਦਾਂ ਆ, ਚੱਲਦੀ ਕੀ ਆ, ਸਾਰੀ ਕਮਿਊਨਿਟੀ ਨੂੰ ਅਵੇਅਰ ਬਣਾਉਣਾ ਹੈ ਇਸ ਬੜੇ ਕੰਪਲੈਕਸ ਸਿਸਟਮ ਦੇ ਬਾਰੇ। ਤੇ ਜੋ ਗੱਲ ਹੋ ਰਹੀ ਸੀ ਟਰੰਪ ਦੀ ਡਿਫੈਂਸ ਟੀਮ ਦਾ ਕੀ ਆਰਗੂਮੈਂਟ ਹੈ ਕਿ ਜੋ ਸੈਨੇਟ ਵਿੱਚ ਟ੍ਰਾਇਲ ਚੱਲ ਰਹੀ ਹੈ, ਜੋ ਰਿਪਬਲਿਕਨ ਕੰਟਰੋਲਡ ਸੈਨੇਟ ਹੈਗੀ, ਉਹਦੇ 'ਚ ਇਹ ਟ੍ਰਾਇਲ ਦਾ ਜੋ ਪ੍ਰੋਸੈਸ ਹੈ, ਜੋ ਇਸ ਕੰਟਰੀ ਦਾ ਮੋਟੋ ਹੈਗਾ ਜਸਟਿਸ ਪ੍ਰਿਵੇਲਸ, ਉਹ ਰੱਖਿਆ ਜਾ ਰਿਹਾ, ਉਹ ਜਸਟਿਸ ਸਰਵ ਹੋ ਰਹੀ ਹੈ ਇਸ ਟਾਈਮ ਸੈਨੇਟ ਵਿੱਚ? ਤੁਹਾਡੇ ਓਪੀਨੀਅਨ ਵਿੱਚ, ਤੁਹਾਡੇ ਪ੍ਰੋਫੈਸ਼ਨਲ ਓਪੀਨੀਅਨ ਵਿੱਚ, ਯੂਅਰ ਪ੍ਰੈਕਟਿਸਿੰਗ ਲੋਇਰ, ਤੁਹਾਨੂੰ ਲੱਗਦਾ ਕਿ ਇਹ ਟ੍ਰਾਇਲ ਫੇਅਰਲੀ ਕੰਡਕਟ ਹੋ ਰਹੀ ਹੈ ਇਸ ਵੇਲੇ? ਦੈਟਸ ਆਰ ਫਾਈਨਲ ਕਾਈਂਡ ਆਫ ਕੰਕਲੂਜਨ ਹੇਅਰ, ਤੁਹਾਨੂੰ ਕੀ ਲੱਗਦਾ ਹੈ? ਅਸ਼ਮਿਤਾ ਜੀ, ਐਜ਼ ਆਈ ਸੈਡ ਲਾਸਟ ਟਾਈਮ ਆਲਸੋ, ਇਸਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡੈਮੋਕਰੈਟਸ ਨੇ ਵੀ ਥੋੜ੍ਹਾ ਰਸ਼ ਕੀਤਾ ਇਸ ਪ੍ਰੋਸੈਸ ਨੂੰ, ਜਿਵੇਂ ਯੂ ਨੋ ਲੈਟਸ ਸੇ ਦੇ ਐਸਕ ਫੋਰ ਅ ਡਾਕੂਮੈਂਟ, ਰਾਈਟ, ਔਰ ਦੇ ਕਾਲ ਫੋਰ ਅ ਵਿਟਨੈਸ, ਅਤੇ ਪ੍ਰੋਸੈਸ ਇਹ ਹੁੰਦਾ ਕਿ ਅਗਰ ਐਗਜ਼ੀਕਿਊਟਿਵ ਉਸਨੂੰ ਮਨਾ ਕਰਦਾ ਹੈ ਤਾਂ ਇੱਕ ਬਾਡੀ ਹੋਰ ਹੈਗੀ ਹੈ ਜੋ ਇਸ ਡਿਸਪਿਊਟ ਨੂੰ ਯੂ ਨੋ ਸੋਲਵ ਕਰਦੀ ਹੈ, ਦੈਟ ਇਜ਼ ਅ ਜੁਡੀਸ਼ਰੀ, ਰਾਈਟ, ਜੋ ਜੱਜਸ ਦੀ ਬਾਡੀ ਹੈਗੀ। ਬਟ ਡੈਮੋਕਰੈਟਸ ਆਲਸੋ ਉਹ ਇਸ ਨੂੰ ਜਲਦੀ ਜਲਦੀ ਖਤਮ ਕਰਨਾ ਚਾਹੁੰਦੇ ਸੀ, ਹਸ਼ ਕਰਨਾ ਚਾਹੁੰਦੇ ਸੀਗੇ, ਇਹ ਹੋਇਆ, ਵੀ ਕੈਨ ਨਾਟ ਡਿਨਾਈ ਦੈਟ। ਮਗਰ ਹੁਣ ਜੋ ਸੈਨੇਟ ਕਰ ਰਹੀ ਹੈ ਕਿ ਕੋਈ ਵੀ ਵਿਟਨੈਸ, ਰਾਈਟ, ਐਂਡ ਪਰਟੀਕੁਲਰਲੀ ਅਗਰ ਪਹਿਲਾਂ ਉਹ ਵਿਟਨੈਸਿਸ ਨਹੀਂ ਵੀ ਸਾਹਮਣੇ ਆਏ, ਬੋਲਟਨ ਜੇ ਵਿਟਨੈਸ ਵਿੱਚ ਸੱਚ ਐਨ ਇੰਪੋਰਟੈਂਟ ਵਿਟਨੈਸ, ਉਸ ਨੂੰ ਸਾਹਮਣੇ ਨਹੀਂ ਲੈ ਕੇ ਆਉਣਾ, ਇਟ ਡਜ਼ਨਟ ਲੁੱਕ ਲਾਈਕ ਅ ਫੇਅਰ ਟ੍ਰਾਇਲ, ਯੂ ਨੋ। ਆਲਦੋ ਸਾਨੂੰ ਪਤਾ ਹੈ ਅਗਰ ਇਸ ਵਿਟਨੈਸ ਦੇ ਬਾਅਦ ਵੀ ਜੇ ਡਿਸੀਜਨ ਲੈਣਾ ਹੈ, ਉਹ ਦੇ ਇਜ਼ ਨੋ ਵੇ ਡੈਮੋਕਰੈਟਸ ਕੈਨ ਗੈਟ 67 ਵੋਟਸ, ਉਹਨਾਂ ਨੂੰ ਤਾਂ ਮਿਲਣੀ ਨਹੀਂ ਹੋਣੀ, ਮੈਜੋਰਿਟੀ ਨਹੀਂ ਹੈਗੀ। ਮੈਂ ਇੱਕ ਵਾਰ ਫਿਰ ਰਿਮਾਈਂਡ ਕਰਾ ਦਾਂ ਆਡੀਅੰਸ ਨੂੰ, ਜੌਨ ਬੋਲਟਨ ਦਾ ਨਾਂ ਤੁਸੀਂ ਇਸ ਪ੍ਰੋਗਰਾਮ ਵਿੱਚ ਅੱਜ 2-3 ਵਾਰੀ ਸੁਣਿਆ, ਖਬਰਾਂ ਵਿੱਚ ਵੀ ਸੁਣਿਆ ਹੋਏਗਾ। ਇਹ ਸ਼ਖਸ ਸੀਗਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਇਹਦੀ ਇਹ ਪੋਜੀਸ਼ਨ ਸੀਗੀ ਟਰੰਪ ਦੀ ਗਵਰਨਮੈਂਟ ਵਿੱਚ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਰਾਈਟ। ਟਰੰਪ ਨੂੰ ਅਕਿਊਜ਼ ਕੀਤਾ ਗਿਆ ਫਰੋਮ ਅਬਿਊਜ਼ਿੰਗ ਹਿਜ਼ ਫੋਰਨ ਇਨਫਲੂਐਂਸ, ਹਿਜ਼ ਫੋਰਨ ਪਾਵਰਸ ਐਜ਼ ਪ੍ਰੈਜ਼ੀਡੈਂਟ। ਇਹ ਜੋ ਜੌਨ ਬੋਲਟਨ ਸੀਗਾ, ਇਹਦੇ ਕੋਲ ਫਸਟ ਹੈਂਡ ਨੌਲੇਜ ਸੀਗੀ ਜੋ ਟਰੰਪ ਨੇ ਐਕਸ਼ਨਸ ਲਿੱਤੇ ਇਸ ਇੰਪੀਚਮੈਂਟ ਦੇ ਚਾਰਜਸ ਦੇ ਮੁਤਾਬਿਕ। ਸੋ ਉਹਦਾ ਇਸ ਪ੍ਰੋਸੀਡਿੰਗ ਵਿੱਚ ਸ਼ਾਮਿਲ ਹੋਣਾ ਕਿੰਨਾ ਇੰਪੋਰਟੈਂਟ ਹੈ? ਰਿਪਬਲਿਕਨਸ ਦੀ ਇੱਕ ਆਰਗੂਮੈਂਟ ਰਿਹਾ ਹੈ ਕਿ ਡੈਮੋਕਰੈਟਸ ਨੇ ਜੇ ਕੋਈ 17 ਵਿਟਨੈਸਿਸ ਦੇ ਪ੍ਰੈਜ਼ੈਂਟਡ, ਕਿ ਜਿੰਨੇ ਵੀ ਵਿਟਨੈਸਿਸ ਤੁਸੀਂ ਪ੍ਰੈਜ਼ੈਂਟ ਕੀਤੇ ਨੇ, ਕਿਸੇ ਨੇ ਵੀ ਡਾਇਰੈਕਟ ਆਪਣੀ ਜਿਹੜੀ ਉਹ ਨੌਲੇਜ ਹੈ ਉਸਨੂੰ ਕਲੇਮ ਨਹੀਂ ਕੀਤਾ। ਇਹ ਇੱਕ ਬੰਦਾ ਹੈ ਜੋ ਉਸ ਪੋਜੀਸ਼ਨ ਤੇ ਹੈ ਔਰ ਉਹ ਡਾਇਰੈਕਟ ਨੌਲੇਜ ਕਲੇਮ ਕਰ ਰਿਹਾ ਹੈ ਔਰ ਉਸਨੂੰ ਉਹ ਸਾਹਮਣੇ ਲੈ ਕੇ ਨਹੀਂ ਆਉਣਾ ਚਾਹੁੰਦੇ। ਐਂਡ ਹੀ ਇਜ਼ ਨਾਟ ਦੀ ਓਨਲੀ ਵਨ, ਦੇਰ ਇਜ਼ ਮਲਟੀਪਲ ਪੀਪਲ, ਇੰਨੇ ਇੰਡੀਵਿਜੂਅਲਸ ਹੈਗੇ ਜਿਨ੍ਹਾਂ ਕੋਲ ਡਾਇਰੈਕਟ ਨੌਲੇਜ ਹੈ, ਉਹਨਾਂ ਨੂੰ ਕਿਸੇ ਨੂੰ ਵੀ ਵਿਟਨੈਸ ਦੇ ਸਟੈਂਡ ਤੇ ਖੜਾ ਨਹੀਂ ਹੋਣ ਦਿੱਤਾ ਇਹਨਾਂ ਨੇ। ਦੈਟ ਇਜ਼ ਪਾਰਟ ਆਫ ਦੇਅਰ ਪ੍ਰੋਸੈਸ, ਇਹ ਫੇਅਰ ਹੈਗਾ ਨਹੀਂ ਹੈਗਾ, ਦੈਟ ਇਜ਼ ਅਪ ਟੂ ਦ ਪੀਪਲ ਟੂ ਡਿਸਾਈਡ, ਵੀ ਆਰ ਓਨਲੀ ਆਸਕਿੰਗ ਦ ਕੁਐਸਚਨਸ। ਬਟ ਇਹਦੇ ਨਾਲ ਹੀ ਆਪਾਂ ਰੈਪ ਅਪ ਕਰਦੇ ਹਾਂ। ਮੈਂ ਸਾਰਿਆਂ ਨੂੰ ਥੈਂਕ ਯੂ ਕਰਨਾ ਚਾਹਾਂਗੀ ਜਿਨ੍ਹਾਂ ਨੇ ਪ੍ਰੋਗਰਾਮ ਵੇਖਿਆ। ਤੁਸੀਂ ਇਸ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ, ਹਰ ਥਰਸਡੇ ਇਸ ਮੰਚ ਤੇ ਤੁਹਾਡੇ ਨਾਲ ਗੱਲ ਕਰਾਂਗੇ ਅਮੈਰੀਕਨ ਪੋਲੀਟਿਕਸ ਦੀ, ਬਿਕੋਜ਼ ਉਸ ਜਾਣਕਾਰੀ ਦੀ ਵੀ ਸਾਡੀ ਕਮਿਊਨਿਟੀ ਨੂੰ ਲੋੜ ਹੈ। ਐਂਡ ਮੈਂ ਇੱਕ ਅਨਾਊਂਸਮੈਂਟ ਜਾਣ ਤੋਂ ਪਹਿਲੇ ਕਰਨਾ ਚਾਹਾਂਗੀ। ਬ੍ਰੇਕਿੰਗ ਨਿਊਜ਼ ਹੋਈ ਹੈ, ਸਟੇਟ ਡਿਪਾਰਟਮੈਂਟ ਨੇ ਇੱਕ ਡੂ ਨਾਟ ਟਰੈਵਲ ਵਾਰਨਿੰਗ ਇਸ਼ੂ ਕਰਤੀ ਹੈ ਚਾਈਨਾ ਲਈ। ਐਂਡ ਅਮੈਰੀਕਨਸ ਜੋ ਚਾਈਨਾ ਵਿੱਚ ਹੈਗੇ, ਉਹਨਾਂ ਨੂੰ ਕਿਹਾ ਤੁਸੀਂ ਪਲੀਜ਼ ਇਮੀਡੀਏਟਲੀ ਅਵੈਕਿਊਏਟ ਕਰ ਲਓ, ਜੋ ਕਰੋਨਾ ਵਾਇਰਸ ਹੈ ਉਹਦੇ ਸਪਰੈਡ ਕਰਕੇ ਇਹ ਵਾਇਰਸ ਹੁਣ ਸ਼ਿਕਾਗੋ ਤੱਕ ਪਹੁੰਚ ਚੁੱਕਿਆ, ਜਿੱਥੇ ਪਰਸਨ ਟੂ ਪਰਸਨ ਹੁਣ ਇਨਫੈਕਸ਼ਨ ਹੋਈ ਹੈ। ਇਹਦੇ ਬਾਰੇ ਵੀ ਤੁਹਾਨੂੰ ਅਪਡੇਟਸ ਦਿੰਦੇ ਰਹਾਂਗੇ। ਥੈਂਕ ਯੂ ਫਾਰ ਵਾਚਿੰਗ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।